ਰਾਗ ਮਲਾਰ ਮਹੱਲਾ ਪੰਜਵਾਂ। ਰਾਗ ਮਲਾਰ ਵਿੱਚ ਦਰਜ ਪਾਵਨ ਪਵਿੱਤਰ ਬਾਣੀ ਜੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਸੋ ਇਸ ਪਾਵਨ ਪਵਿੱਤਰ ਬਾਣੀ ਦੇ ਵਿਚਾਰ ਨੂੰ ਸਰਵਣ ਕਰ ਰਹੇ ਹਾਂ। ਸੋ ਆਓ ਗੁਰੂ ਸਾਰਿਓ, ਅੱਜ ਦੀ ਪਾਵਨ ਪਵਿੱਤਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਰੋ ਜੀ ਇਕਾਗਰ, ਦਿਓ ਅਸੀਸ ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਪੰਜਵਾਂ। ਗੁਰਪ੍ਰੀਤ ਪਿਆਰੇ ਚਰਨ ਕਮਲ ਰਿਧ ਅੰਤਰ ਧਾਰੇ। ਗੁਰਪ੍ਰੀਤ ਪਿਆਰੇ ਚਰਨ ਕਮਲ ਰਿਧ ਅੰਤਰ ਧਾਰੇ। ਰਹਾਓ ਦਰਸ ਸਫਲਿਓ ਦਰਸ ਪੇਖਿਓ, ਗਏ ਕਿਲ ਬਿਖ ਗਏ ਮਨ ਨਿਰਮਲ ਉਜਿਆਰੇ। ਬਿਸਮ ਬਿਸਮੈ ਬਿਸਮ ਭਈ ਅਗ ਕੋਟ ਹਰਤੇ ਨਾਮ ਲਈ। ਗੁਰ ਚਰਨ ਮਸਤਕ ਡਾਰ ਪਹੀ ਪ੍ਰਭ ਏਕ ਤੂੰ ਹੀ ਏਕ ਤੂੰ ਹੀ। ਭਗਤ ਟੇਕ ਤੁਹਾਰੇ ਜਨ ਨਾਨਕ ਸਰਨ ਦੁਆਰੇ। ਭਗਤ ਟੇਕ ਤੁਹਾਰੇ ਜਨ ਨਾਨਕ ਸਰਨ ਦੁਆਰੇ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਅੱਜ ਦੇ ਜੋ ਪਾਵਨ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕਰ ਰਹੇ ਨੇ, ਇਸ ਸ਼ਬਦ ਦੇ ਰਹਾਉ ਵਾਲੇ ਬੰਦ ਨੇ ਗੁਰਪ੍ਰੀਤ ਪਿਆਰੇ ਚਰਨ ਕਮਲ ਰਿਧ ਅੰਤਰ ਧਾਰੇ। ਸਤਿਗੁਰਾਂ ਦੇ ਨਾਲ ਪਿਆਰੇ ਸਤਿਗੁਰਾਂ ਦੇ ਨਾਲ ਪ੍ਰੀਤ ਜੀਵ ਦੀ ਤਾਂ ਪੈਂਦੀ ਹੈ ਜੋ ਸਤਿਗੁਰਾਂ ਦੇ ਚਰਨ ਕਮਲ ਸੋਹਣੇ ਕੌਲ ਫੁੱਲ ਵਰਗੇ ਚਰਨ ਕਮਲ ਆਪਣੇ ਹਿਰਦੇ ਵਿੱਚ ਅੰਤਰ ਆਤਮੇ ਟਿਕਾ ਕੇ ਰੱਖੇ, ਗੁਰੂ ਦੇ ਵਚਨਾਂ ਨੂੰ ਅੰਤਰੀਵ ਤਨ ਦੇ ਉੱਤੇ ਜੇ ਉਹ ਅਪਣਾ ਲਵੇ ਮੰਨ ਕੇ ਚੱਲੇ, ਜੋ ਗੁਰੂ ਸਾਹਿਬ ਕਹਿੰਦੇ ਆ ਉਹੀ ਕਾਰ ਕਰੇ, ਤਾਂ ਹੀ ਸੱਚੀ ਪ੍ਰੀਤ ਪਿਆਰੇ ਸਤਿਗੁਰਾਂ ਦੇ ਨਾਲ ਸਾਡੀ ਮੰਨੀ ਜਾ ਸਕਦੀ। ਜੇ ਅਸੀਂ ਸਤਿਗੁਰਾਂ ਦੇ ਬਚਨ ਨਹੀਂ ਮਨ ਵਿੱਚ ਟਿਕਾ ਕੇ ਰੱਖਦੇ ਜਾਂ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਚੱਲਦੇ ਨਹੀਂ, ਸਤਿਗੁਰੂ ਦਾ ਹੁਕਮ ਨਹੀਂ ਮੰਨਦੇ, ਤਾਂ ਫਿਰ ਇਹ ਪ੍ਰੀਤ ਜਿਹੜੀ ਆ ਸੱਚੀ ਨਹੀਂ ਕਹਾ ਸਕਦੀ।
ਕਿਉਂਕਿ ਗੁਰੂ ਦੀ ਵਿਚਾਰ ਦਾ ਸਾਡੇ ਅੰਦਰ ਟਿਕਣਾ, ਸਾਡੇ ਅੰਦਰ ਵਸਣਾ ਬਹੁਤ ਜ਼ਰੂਰੀ ਹੈ। ਇਸੇ ਵਾਸਤੇ ਸਤਿਗੁਰੂ ਕਹਿੰਦੇ ਕਿ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਗੁਰੂ ਦੇ ਨਾਲ ਇਸ ਤਰੀਕੇ ਨਾਲ ਪ੍ਰੀਤ ਪਾਉਂਦੇ ਆ ਕਿ ਗੁਰੂ ਦੇ ਸੋਹਣੇ ਕੌਲ ਫੁੱਲਾਂ ਵਰਗੇ ਚਰਨ ਕਮਲ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ। ਸੋ ਗੁਰਦੇਵ ਬਖਸ਼ਿਸ਼ ਕਰਦੇ ਨੇ, ਮਲਾਰ ਮਹੱਲਾ ਪੰਜਵਾਂ ਗੁਰ ਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੇ। ਗੁਰੂ ਦੇ ਨਾਲ ਪਿਆਰੇ ਦੀ ਪ੍ਰੀਤ ਦੀ ਨਿਸ਼ਾਨੀ ਕੀ ਹੈ? ਗੁਰ ਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੇ। ਜਿਹੜਾ ਗੁਰੂ ਦਾ ਪਿਆਰਾ ਆ ਉਹ ਗੁਰੂ ਦੇ ਵਚਨਾਂ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਰੱਖਦਾ ਅਤੇ ਗੁਰੂ ਦੇ ਵਚਨਾਂ ਦੇ ਅਨੁਸਾਰ ਹੀ ਆਪਣਾ ਜੀਵਨ ਜਿਉਂਦਾ। ਉਹ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾਂਦਾ, ਜੋ ਗੁਰੂ ਸਾਹਿਬ ਕਹਿੰਦੇ ਆ ਉਸ ਅਨੁਸਾਰ ਉਹਦਾ ਜੀਵਨ ਹੁੰਦਾ। ਆਪਣੇ ਜੀਵਨ ਦੇ ਹਰ ਪੱਖ ਵਿੱਚ ਪਹਿਲ ਦੇ ਆਧਾਰ 'ਤੇ ਉਹ ਗੁਰੂ ਨੂੰ ਰੱਖਦਾ, ਬਾਕੀ ਦੇ ਕੰਮ, ਬਾਕੀ ਦੇ ਆਸਰੇ, ਬਾਕੀ ਦੇ ਉਦਮ ਉਪਰਾਲੇ ਉਹ ਦੂਜੇ ਨੰਬਰ 'ਤੇ ਰੱਖਦਾ, ਪਹਿਲੇ ਨੰਬਰ 'ਤੇ ਆਪਣੇ ਗੁਰੂ ਨੂੰ ਰੱਖਦਾ ਕਿ ਮੇਰੇ ਗੁਰੂ ਨੂੰ ਕੀ ਪਾਉਂਦਾ, ਮੇਰੇ ਗੁਰੂ ਦਾ ਹੁਕਮ ਕੀ ਹੈ ਮੇਰੇ ਪ੍ਰਥਾਏ, ਮੇਰੇ ਗੁਰੂ ਦੀ ਰਜ਼ਾ ਕੀ ਹੈ ਮੇਰੇ ਪ੍ਰਥਾਏ। ਜਦੋਂ ਅਸੀਂ ਇਹ ਸਮਝ ਕੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਕਾਫੀ ਕੁਛ ਸੁਖਾਲਾ ਹੋ ਜਾਂਦਾ, ਸੌਖਾ ਹੋ ਜਾਂਦਾ। ਅਤੇ ਜੇ ਕਿਤੇ ਗੁਰੂ ਦੀ ਵਿਚਾਰ ਵਿਸਰੀ ਹੋਵੇ ਤਾਂ ਅਸੀਂ ਖੁਦ ਆਪ ਹੀ ਆਪਣੇ ਜੀਵਨ ਨੂੰ ਬਹੁਤ ਔਖਾ ਕਰ ਲੈਂਦੇ ਹਾਂ, ਕਿਉਂਕਿ ਸਤਿਗੁਰੂ ਪਾਤਸ਼ਾਹ ਤਾਂ ਸਾਨੂੰ ਸੰਜਮ ਵਿੱਚ ਰਹਿਣਾ ਸਿਖਾਉਂਦੇ ਆ, ਅੰਮ੍ਰਿਤ ਵੇਲੇ ਦਾ ਉੱਦਮ ਉਪਰਾਲਾ ਕਰਨ ਵਾਸਤੇ ਕਹਿੰਦੇ ਆ। ਫਿਰ ਇਸੇ ਤਰ੍ਹਾਂ ਸੱਚੀ ਸੁੱਚੀ ਕਿਰਤ ਕਮਾਈ ਇਹ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਆ, ਇਮਾਨਦਾਰੀ ਹਲੇਮੀ ਮਨ 'ਚ ਰੱਖਣਾ, ਮਨ ਵਿੱਚ ਮੈਲ ਨਾ ਰੱਖਣਾ, ਮਨ ਨੂੰ ਅਤੇ ਤਨ ਨੂੰ ਦੋਵੇਂ ਜਿਹੜੇ ਬਾਹਰੀ ਅਤੇ ਅੰਤਰੀਵ ਸਾਡੇ ਜੀਵਨ ਹੁੰਦੇ ਆ, ਇੱਕ ਅੰਦਰ ਦਾ ਜੀਵਨ ਇੱਕ ਬਾਹਰ ਦਾ ਜੀਵਨ, ਇਹਨਾਂ ਦੋਵਾਂ ਦੇ ਵਿੱਚ ਕੋਈ ਭਿੰਨ ਭੇਦ ਨਾ ਹੋਵੇ, ਜੋ ਅਸੀਂ ਅੰਦਰੋਂ ਹਾਂ ਉਹ ਬਾਹਰੋਂ ਹੋਣੇ ਚਾਹੀਦੇ ਆ। ਇਹੋ ਜਿਹਾ ਬਣਨ ਵਾਸਤੇ ਸਾਨੂੰ ਗੁਰੂ ਸਾਹਿਬ ਪ੍ਰੇਰਦੇ ਆ, ਅਤੇ ਜੇ ਅਸੀਂ ਗੁਰੂ ਦੇ ਆਖੇ ਲੱਗ ਕੇ ਨਹੀਂ ਚੱਲਦੇ ਤਾਂ ਫਿਰ ਸਾਡਾ ਜੀਵਨ ਇਹੋ ਜਿਹਾ ਨਹੀਂ ਹੁੰਦਾ। ਫਿਰ ਅਸੀਂ ਗੁਰੂ ਦੇ ਪਿਆਰੇ ਜਾਂ ਗੁਰੂ ਦੇ ਪਿਆਰਿਆਂ ਵਰਗੇ ਅਸੀਂ ਨਹੀਂ ਹੋ ਸਕਦੇ। ਸੋ ਇਸ ਵਾਸਤੇ ਜੇ ਪਿਆਰੇ ਬਣਨਾ ਹੈ ਤਾਂ ਸਤਿਗੁਰੂ ਕਹਿੰਦੇ ਆ ਕਿ ਗੁਰਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੇ। ਆਹ ਨਿਸ਼ਾਨੀ ਹੈ ਰੱਬ ਦੇ ਪਿਆਰੇ ਬਣ ਦੀ, ਗੁਰੂ ਦੇ ਪਿਆਰੇ ਬਣ ਦੀ, ਕਿ ਉਹਦੀ ਪ੍ਰੀਤ ਸਾਡੇ ਅੰਦਰ ਵਸੀ ਹੋਣੀ ਚਾਹੀਦੀ। ਰਹਾਉ ਦਾ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਨੇ, ਦਰਸ ਸਫਲਿਓ ਦਰਸ ਪੇਖਿਓ ਗਏ ਕਿਲ ਵਿਖ ਗਏ। ਜਿਹੜਾ ਗੁਰੂ ਦਾ ਦਰਸ਼ਨ ਹੈ ਨਾ ਇਹ ਸਫਲਿਓ ਭਾਵ ਫਲ ਦੇਣ ਵਾਲਾ ਆ। ਅਸੀਂ ਐਸਾ ਨਾ ਤਾਂ ਮਹਿਸੂਸ ਕਰ ਸਕਦੇ ਹਾਂ ਅਤੇ ਨਾ ਹੀ ਕਹਿ ਸਕਦੇ ਹਾਂ ਕਿ ਗੁਰੂ ਦੇ ਦਰਸ਼ਨ ਕਰਨ ਦਾ ਸਾਨੂੰ ਫਾਇਦਾ ਕੋਈ ਨਹੀਂ ਹੋਇਆ। ਹਾਂ ਅਸੀਂ ਫਾਇਦਾ ਕਿਹੋ ਜਿਹਾ ਚਾਹੁੰਦੇ ਹਾਂ ਉਹ ਸਾਡੀ ਬਿਰਤੀ ਅਤੇ ਸੁਰਤੀ ਬਿਰਤੀ ਦੇ ਆਧਾਰਿਤ ਹੈ ਕਿ ਅਸੀਂ ਕੋਈ ਐਸਾ ਫਾਇਦਾ ਚਾਹੁੰਦੇ ਹਾਂ ਜੋ ਸਾਡੇ ਗੁਰੂ ਨੂੰ ਨਹੀਂ ਪਾਉਂਦਾ। ਇਹ ਤਾਂ ਅਸੀਂ ਮਹਿਸੂਸ ਕਰ ਸਕਦੇ ਹਾਂ, ਪਰ ਜਿਹੜੀ ਚੀਜ਼ ਵਿੱਚ ਸਾਡਾ ਭਲਾ ਹੈ, ਜਿਹੜੇ ਕੰਮ ਕੀਤਿਆਂ ਸਾਡਾ ਜੀਵਨ ਸਫਲ ਹੋਣਾ,
ਜੇ ਅਸੀਂ ਉਸ ਭਾਵਨਾ ਦੇ ਨਾਲ ਗੁਰੂ ਦਾ ਦਰਸ਼ਨ ਕਰਦੇ ਹਾਂ ਤਾਂ ਫਿਰ ਗੁਰੂ ਦੇ ਦਰਸ਼ਨ ਸਫਲਿਓ ਭਾਵ ਸਾਰੇ ਕਿਸਮ ਦੇ ਫਲ ਦੇਣ ਵਾਲੇ ਨੇ। ਇੱਕ ਹੁੰਦਾ ਕਿ ਸਾਡੀ ਆਪਣੀ ਲਾਲਸਾ ਕਿਤੇ ਬਣ ਜਾਣੀ, ਇੱਕ ਹੁੰਦਾ ਹੈ ਕਿ ਜਿਵੇਂ ਆਪਾਂ ਅਗਲੇ 'ਤੇ ਸੁੱਟ ਦੇਣੀ, ਗੁਰੂ ਸਾਹਿਬ 'ਤੇ ਸੁੱਟ ਦੇਣੀ ਕਿ ਸਤਿਗੁਰੂ ਪਾਤਸ਼ਾਹ ਜਿਵੇਂ ਤੁਸੀਂ ਸਾਨੂੰ ਰੱਖਣਾ ਚਾਹੋ ਉਦਾਂ ਹੀ ਅਸੀਂ ਰਹਿਣ ਨੂੰ ਤਿਆਰ ਹਾਂ, ਤਾਂ ਸੱਚ ਜਾਣੇ ਨੂੰ ਗੁਰੂ ਕੋਈ ਕਮੀ ਆਉਣ ਹੀ ਨਹੀਂ ਦਿੰਦਾ। ਜਦੋਂ ਅਸੀਂ ਖੁਦ ਪਦਾਰਥਾਂ ਮਗਰ ਦੌੜਦੇ ਹਾਂ, ਜਦੋਂ ਅਸੀਂ ਖੁਦ ਪਰਛਾਵੇਂ ਨੂੰ ਫੜਨ ਦੇ ਯਤਨ ਵਿੱਚ ਲੱਗ ਜਾਂਦੇ ਹਾਂ, ਸੂਰਜ ਨੂੰ ਪਿੱਠ ਕਰਕੇ ਜਦੋਂ ਕੋਈ ਪਰਛਾਵੇਂ ਦੇ ਪਿੱਛੇ ਦੌੜਨਾ ਸ਼ੁਰੂ ਕਰ ਦੇਵੇ ਤਾਂ ਪਰਛਾਵਾਂ ਅੱਗੇ ਅੱਗੇ ਹੀ ਦੌੜਦਾ, ਅਤੇ ਜੇ ਸੂਰਜ ਨੂੰ ਮੁੱਖ ਕਰਕੇ ਦੌੜਨਾ ਸ਼ੁਰੂ ਕਰ ਦੇਵੇ ਤਾਂ ਪਰਛਾਵਾਂ ਪਿੱਛੇ ਪਿੱਛੇ ਲੱਗ ਜਾਂਦਾ। ਗੁਰੂ ਸੂਰਜ ਵੱਲ ਵੀ ਸਾਨੂੰ ਮੁੱਖ ਕਰਨਾ ਪਵੇਗਾ। ਇਹ ਮਾਇਆ ਰੂਪੀ ਛਾਇਆ ਇਹ ਸਾਡੇ ਪਿੱਛੇ ਲੱਗ ਕੇ ਚੱਲ ਪਵੇ, ਹੋਰ ਵੀ ਸਭੋ ਕੁਛ। ਕਿਉਂਕਿ ਵੇਖੋ ਆਪਾਂ ਰੋਜ਼ ਸਰਵਣ ਕਰਦੇ ਹਾਂ ਕਿ 9 ਨਿਧਾਂ 18 ਸਿਧਾਂ ਪਰਮਾਤਮਾ ਦੇ ਪਿਆਰਿਆਂ ਦੀ ਸੇਵਾ ਕਰਨ ਵਾਸਤੇ, ਟਹਿਲ ਕਰਨ ਵਾਸਤੇ ਇਹ ਸਾਰੀਆਂ ਤਾਕਤਾਂ ਸਾਰੀਆਂ ਸ਼ਕਤੀਆਂ ਤਰਲੇ ਕਰਦੀਆਂ ਰਹਿੰਦੀਆਂ ਕਿ ਸਾਨੂੰ ਸੰਸਾਰੀ ਤਾਂ ਚਾਹੁੰਦੇ ਹੀ ਚਾਹੁੰਦੇ ਨੇ, ਕਿਤੇ ਰੱਬ ਦੇ ਪਿਆਰਿਆਂ ਦੀ ਅਸੀਂ ਵੀ ਸੇਵਾ ਕਰਕੇ ਆਪਣਾ ਆਪ ਸਫਲ ਕਰ ਲਈਏ। ਜਿਹੜੀਆਂ ਤਾਕਤਾਂ ਸ਼ਕਤੀਆਂ ਹੁੰਦੀਆਂ ਨਾ ਜਿਹੜੀਆਂ ਇਨਸਾਨ ਦੇ ਨਾਲ ਨਾਲ ਵਰਤਦੀਆਂ, ਇਹ ਗੁਰਮੁਖਾਂ ਦੀ ਸੇਵਾ ਕਰਨੀ ਲੋੜਦੀ ਹੈ। ਜਦੋਂ ਕਿ ਸੰਸਾਰੀ ਇਹਨਾਂ ਮਗਰ ਭੱਜਦੇ ਆ, ਇਹ ਨਿਰੰਕਾਰ ਦੇ ਪਿਆਰਿਆਂ ਦੇ ਮਗਰ ਭੱਜਦੀਆਂ ਸਾਰੀਆਂ ਤਾਕਤਾਂ ਸਾਰੀਆਂ ਸ਼ਕਤੀਆਂ। ਇਸ ਵਾਸਤੇ ਸਤਿਗੁਰੂ ਕਹਿੰਦੇ ਆ ਕਿ ਦਰਸ਼ ਸਫਲਿਓ ਦਰਸ਼ ਦੇਖਿਓ। ਜਦੋਂ ਅਸੀਂ ਇਹ ਭਾਵਨਾ ਬਣਾ ਕੇ ਗੁਰੂ ਦੇ ਦਰਸ਼ਨ ਕਰਦੇ ਹਾਂ ਕਿ ਗੁਰੂ ਦੇ ਦਰਸ਼ਨ ਫਲ ਦੇਣ ਵਾਲੇ ਆ, ਅਸੀਂ ਅੱਜ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਣਾ, ਤਾਂ ਅੱਜ ਸਾਡੇ ਗੁਰੂ ਨੇ ਬਿਨਾਂ ਮੰਗਿਆਂ ਹੀ ਸਾਡੀ ਝੋਲੀ ਭਰ ਦਿੱਤੀ, ਅਤੇ ਜੇ ਮੰਗ ਕੇ ਵੀ ਲੈ ਲਵਾਂਗੇ ਤਾਂ ਵੀ ਗੁਰੂ ਨੇ ਬੁਰਾ ਨਹੀਂ ਮਨਾਉਣਾ। ਕਿਉਂਕਿ ਇੱਕ ਜਦੋਂ ਕੋਈ ਵੀ ਔਲਾਦ ਹੈ, ਬੱਚਾ ਆ, ਉਹ ਮਾਂ ਬਾਪ ਦੇ ਕੋਲੋਂ ਮੰਗਦਾ ਆ, ਤਾਂ ਮਾਂ ਬਾਪ ਹਾਲਾਤ ਬਿਆਨ ਕਰਕੇ ਭਾਵੇਂ ਉਹ ਕਹਿ ਵੀ ਦੇਵੇ ਕਿ ਅਜੇ ਤੰਗੀ ਹੈ, ਅਜੇ ਹੈ ਨਹੀਂ, ਫਿਰ ਵੀ ਆਪਣੇ ਬੱਚੇ ਦੀ ਜ਼ਰੂਰਤ ਪੂਰੀ ਕਰ ਦਿੰਦਾ ਭਾਵੇਂ ਕਿਸੇ ਤਰ੍ਹਾਂ ਵੀ ਕਰੇ। ਇਹ ਤਾਂ ਸਮਰੱਥ ਗੁਰੂ ਹੈ। ਇੱਕ ਜੇ ਦੁਨਿਆਵੀ ਮਾਂ ਬਾਪ ਆਪਣੇ ਬੱਚੇ ਦੀ ਇੱਛਾ ਪੂਰੀ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਂਦਾ ਤਾਂ ਫਿਰ ਇਹ ਤਾਂ ਸਮਰੱਥ ਗੁਰੂ ਹੈ। ਇਹ ਆਪਣੇ ਬੱਚਿਆਂ ਦੀ ਇੱਛਾ ਪੂਰੀ ਕਰਨ ਵਾਸਤੇ ਕੀ ਨਹੀਂ ਕਰ ਸਕਦਾ, ਜੋ ਹੈ ਹੀ ਸਮਰੱਥ, ਸਰਵ ਕਲਾ ਸਮਰੱਥ। ਪਰ ਸਾਨੂੰ ਇਹ ਭਾਵਨਾ ਬਣਾਉਣੀ ਪਵੇਗੀ, ਇੱਕ ਤਾਂ ਇਹ ਭਰੋਸਾ ਬਣਾਉਣਾ ਪਵੇਗਾ ਕਿ ਦਰਸ਼ ਸਫਲਿਓ, ਗੁਰੂ ਦੇ ਦਰਸ਼ਨ ਫਲ ਦੇਣ ਵਾਲੇ ਨੇ। ਦਰਸ਼ ਵੇਖਿਓ, ਜਿਨ੍ਹਾਂ ਨੇ ਇਹ ਮੰਨ ਕੇ ਕਿ ਗੁਰੂ ਦੇ ਦਰਸ਼ਨ ਫਲ ਦੇਣ ਵਾਲੇ ਨੇ, ਗੁਰੂ ਦੇ ਦਰਸ਼ਨਾਂ ਨੂੰ ਵੇਖਿਓ ਤੋਂ ਭਾਵ ਕੀਤਾ, ਵੇਖਿਆ, ਦਰਸ਼ ਸਫਲਿਓ ਦਰਸ਼ ਵੇਖਿਓ ਗਏ ਕਿਲ ਵਿਖ ਗਏ। ਕਹਿੰਦੇ ਨੇ ਕਿ ਉਹਨਾਂ ਦੇ ਪਾਪ ਗਏ ਕਿ ਗਏ, ਜਿਤਨੇ ਵੀ ਲੋਕ ਉਹਨਾਂ ਜੀਵਨ ਵਿੱਚ ਕਮਾਏ ਹੁੰਦੇ ਆ ਨਾ, ਉਹ ਇੰਝ ਦੌੜਦੇ ਆ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਉਹ ਗਈ ਕਹਿ ਦਿੰਦੇ ਹਾਂ,
ਇਸ ਤਰੀਕੇ ਦੇ ਨਾਲ ਉਹਦੇ ਪਾਪ ਅਹੋ ਗਏ ਹੋ ਜਾਂਦੇ ਆ। ਤਾਂ ਸਤਿਗੁਰੂ ਪਾਤਸ਼ਾਹ ਨੇ ਇੱਥੇ ਦੋ ਵਾਰ ਇਹ ਲਫ਼ਜ਼ ਵਰਤਿਆ, ਗਏ ਕਿਲ ਵਿਖ ਗਏ, ਬਿੰਦਿਆਂ ਬਿੰਦੇ ਹੀ ਜਿਹੜਾ ਪਾਪੀ ਪੁਰਸ਼ ਹੈ ਉਹ ਪੁੰਨੀ ਬਣ ਜਾਂਦਾ ਆ, ਅਧਰਮੀ ਪੁਰਸ਼ ਧਰਮੀ ਬਣ ਜਾਂਦਾ ਆ, ਨਿਰਦਈ ਪੁਰਸ਼ ਦਇਆਵਾਨ ਬਣ ਜਾਂਦਾ ਆ, ਦਿਲ ਦਾ ਸੂਮ ਬੰਦਾ ਬਹੁਤ ਵੱਡਾ ਦਾਨੀ ਬਣ ਜਾਂਦਾ ਆ। ਇਸੇ ਤਰ੍ਹਾਂ ਨਫ਼ਰਤ ਰੱਖਣ ਵਾਲਾ ਬੰਦਾ ਹਰ ਇੱਕ ਦੇ ਨਾਲ ਪ੍ਰੇਮ ਪਿਆਰ ਭਾਵਨਾ ਰੱਖਣ ਲੱਗ ਪੈਂਦਾ ਆ। ਇਹ ਬਿਰਤੀ ਕੇਵਲ ਗੁਰੂ ਸਾਹਿਬ ਹੀ ਬਦਲ ਸਕਦੇ ਆ, ਹੋਰ ਕੋਈ ਏਡਾ ਵੱਡਾ ਓਪਰੇਸ਼ਨ ਸਾਡੀ ਮੱਤ ਦਾ ਨਹੀਂ ਕਰ ਸਕਦਾ ਕਿ ਸਾਡੇ ਜੀਵਨ ਜਿਉਣ ਦਾ ਤੌਰ ਤਰੀਕਾ ਹੀ ਬਦਲ ਜਾਂਦਾ ਹੋਵੇ। ਕਿਤਨਿਆਂ ਦਾ ਇਤਿਹਾਸ ਆਪਾਂ ਜਾਣਦੇ ਹਾਂ, ਸੱਜਣ ਵਰਗਿਆਂ ਦਾ, ਵਲੀ ਖੰਧਾਰੀ ਵਰਗਿਆਂ ਦਾ, ਪੌਡੇ ਭੀਲ ਵਰਗਿਆਂ ਦਾ। ਇਸੇ ਤਰ੍ਹਾਂ ਜਿਵੇਂ ਭਾਈ ਲਾਲੋ ਅਤੇ ਮਲਕ ਭਾਗੋ ਵਰਗਿਆਂ ਦਾ, ਦੁਨੀ ਚੰਦ ਵਰਗਿਆਂ ਦਾ, ਕਾਰੂ ਬਾਦਸ਼ਾਹ ਵਰਗਿਆਂ ਦਾ, ਪਤਾ ਨਹੀਂ ਕਿਤਨਿਆਂ ਕਿੱਦਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਫਲ ਓਪਰੇਸ਼ਨ ਕੀਤਾ ਮੱਤ ਦਾ। ਭਾਵੇਂ ਜਿੰਨਾ ਮਰਜ਼ੀ ਕੋਈ ਅੱਗੇ ਆਕੀ ਹੋਇਆ ਬੈਠਾ ਹੁੰਦਾ ਸੀ ਨਾ, ਸਤਿਗੁਰੂ ਪਾਤਸ਼ਾਹ ਸ਼ਬਦ ਦੇ ਨਾਲ, ਸ਼ਬਦ ਦੀ ਤਾਕਤ ਦੇ ਨਾਲ ਵੱਡੀਆਂ ਵੱਡੀਆਂ ਸਿੱਧ ਮੰਡਲੀਆਂ ਨੂੰ ਜਿੱਤ ਲੈਂਦੇ। ਇੱਕ ਸਿੱਧ ਨਹੀਂ, ਜਿੱਥੇ ਇੱਕ ਤੋਂ ਇੱਕ ਵੱਧ ਸਿੱਧ ਬੈਠਾ ਹੋਇਆ ਜਿਹਨੇ ਸਿੱਧੀ ਹਾਸਲ ਕੀਤੀ ਹੋਈ ਹੈ, ਅਤੇ ਜਿਨ੍ਹਾਂ ਦੇ ਕੋਲ ਅਥਾਹ ਗਿਆਨ ਦਾ ਭੰਡਾਰਾ ਆ, ਗਿਆਨ ਵੀ ਬਹੁਤ ਵੱਡਾ, ਸਤਿਗੁਰੂ ਪਾਤਸ਼ਾਹ ਨੇ ਸ਼ਬਦ ਦੀ ਸ਼ਕਤੀ ਦੇ ਨਾਲ ਸਿੱਧ ਮੰਡਲੀਆਂ ਨੂੰ ਵੀ ਜਿੱਤ ਕਰ ਦਿੱਤਾ, ਭਾਵ ਉਹਨਾਂ ਨੂੰ ਵੀ ਜਿੱਤ ਲਿਆ। ਇਸ ਕਰਕੇ ਗੁਰੂ ਦੇ ਦਰਸ਼ਨ ਸਫਲੇ ਨੇ। ਦਰਸ਼ ਸਫਲਿਓ ਦਰਸ਼ ਪੇਖਿਓ, ਗਏ ਕਿਲ ਵਿਖ ਗਏ, ਉਹਨਾਂ ਦੇ ਪਾਪ ਅਹੋ ਗਏ ਹੋ ਜਾਂਦੇ ਆ, ਭਾਵ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਕਿਲ ਵਿਖ ਕੋਈ ਪਾਪ ਰਹਿ ਨਹੀਂ ਜਾਂਦਾ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਮਨ ਨਿਰਮਲ ਉਜਿਆਰੇ, ਉਹਨਾਂ ਦੇ ਮਨ ਮੈਲ ਤੋਂ ਰਹਿਤੋ ਜਾਂਦੇ ਆ, ਨਿਰਮਲ ਇਹਨਾਂ ਦੇ ਜਿਹੜੇ ਗੁਰੂ ਦੇ ਸਫਲ ਦਰਸ਼ਨ ਕਰ ਲੈਂਦੇ ਆ, ਫਲ ਦੇਣ ਵਾਲੇ ਦਰਸ਼ਨ ਕਰ ਲੈਂਦੇ, ਉਹਨਾਂ ਦੇ ਮਨ ਚੋਂ ਮੈਲ ਨਿਕਲ ਜਾਂਦੀ ਹੈ। ਅਤੇ ਨਾਲ ਹੀ ਕਹਿੰਦੇ ਆ ਉਜਿਆਰੇ, ਉਜਿਆਰੇ ਤੋਂ ਭਾਵ ਹੈ ਉਹ ਗਿਆਨਵਾਨ ਹੋ ਜਾਂਦੇ ਆ, ਉਹਨਾਂ ਨੂੰ ਗਿਆਨ ਵੀ ਮਿਲ ਜਾਂਦਾ। ਇੱਥੇ ਐਸੇ ਮਨੁੱਖ ਵੀ ਆਏ ਜਿਹੜੇ ਗੁੰਗ ਸਨ, ਗੁੰਗ ਮੁੱਖ, ਭਾਵ ਮੁੱਖੋਂ ਬੋਲਿਆ ਵੀ ਨਹੀਂ ਸੀ ਜਾਂਦਾ, ਅਤੇ ਸਤਿਗੁਰੂ ਪਾਤਸ਼ਾਹ ਨੇ ਇਹੋ ਜਿਹਾ ਗਿਆਨ ਦਾ ਪ੍ਰਕਾਸ਼ ਕੀਤਾ, ਗਿਆਨ ਦਾ ਦੀਵਾ ਜਗਾਇਆ ਕਿ ਬਹੁਤ ਵੱਡੇ ਉਪਦੇਸ਼ਕ ਬਣੇ, ਭਾਵ ਪ੍ਰਚਾਰਕ, ਲੋਕਾਂ ਨੂੰ ਗਿਆਨ ਦੇਣ ਵਾਲੇ ਬਣ ਗਏ। ਜਿਨ੍ਹਾਂ ਨੂੰ ਖੁਦ ਨੂੰ ਕੋਈ ਗਿਆਨ ਨਹੀਂ ਸੀ, ਉਹ ਹੁਣ ਲੋਕਾਂ ਨੂੰ ਗਿਆਨ ਵੰਡਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਕਿਉਂ? ਕਿਉਂਕਿ ਗੁਰੂ ਅੰਦਰ ਗਿਆਨ ਦਾ ਦੀਵਾ ਬਾਲ ਦਿੰਦਾ ਹੈ, ਗਿਆਨ ਦਾ ਪ੍ਰਕਾਸ਼ ਕਰ ਦਿੰਦਾ, ਉਜਾਰਾ ਹੋ ਜਾਂਦਾ, ਚਾਨਣ ਹੋ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ। ਪਰ ਇਹ ਹੋਵੇਗਾ ਤਾਂ ਜੇ ਸਾਡਾ ਗੁਰੂ ਉੱਤੇ ਭਰੋਸਾ ਹੋਵੇਗਾ। ਸਤਿਗੁਰੂ ਕਹਿੰਦੇ ਕਿ ਮਨ ਨਿਰਮਲ ਉਜਿਆਰੇ, ਮਨ ਚੋਂ ਮੈਲ ਨਿਕਲ ਗਈ ਅਤੇ ਅੰਦਰੋਂ ਅਗਿਆਨਤਾ ਦਾ ਹਨੇਰਾ ਵੀ ਦੂਰ ਕਰ ਦਿੱਤਾ ਗੁਰੂ ਨੇ, ਅਤੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਗਿਆਨ ਹੀ ਗਿਆਨ ਉਪਜ ਪਿਆ। ਹੁਣ ਐਸਾ ਗਿਆਨ ਪ੍ਰਾਪਤ ਹੋ ਗਿਆ ਜਿਹਨੂੰ ਬ੍ਰਹਮ ਗਿਆਨ ਕਹਿੰਦੇ, ਭਾਵ ਪਰਮਾਤਮਾ ਦਾ ਗਿਆਨ,
ਅਤੇ ਪਰਮਾਤਮਾ ਦੇ ਗਿਆਨ ਤੋਂ ਉੱਪਰ ਦਾ ਗਿਆਨ ਕੋਈ ਨਹੀਂ ਹੈਗਾ। ਭਾਵੇਂ ਸੰਸਾਰ ਦੀਆਂ ਵੱਡੀਆਂ ਵੱਡੀਆਂ ਧਰਮ ਪੁਸਤਕਾਂ ਪੜ੍ਹ ਕੇ ਵੇਖ ਲਓ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਸਾਰਾ ਗਿਆਨ ਇਹਦੇ ਤੋਂ ਥੱਲੇ। ਸੋ ਇਸ ਵਾਸਤੇ ਸਤਿਗੁਰੂ ਕਹਿੰਦੇ ਕਿ ਮਨ ਨਿਰਮਲ ਉਜਿਆਰੇ, ਮਨ ਨਿਰਮਲ ਹੋ ਗਿਆ ਅਤੇ ਅੰਦਰ ਚਾਨਣ ਹੋ ਗਿਆ ਗਿਆਨ ਦਾ। ਅੱਗੇ ਬਖਸ਼ਿਸ਼ ਕਰਦੇ ਨੇ, ਬਿਸਮ ਬਿਸਮ ਹੈ ਬਿਸਮ ਭਈ, ਬਿਸਮ ਤੋਂ ਭਾਵ ਹੈ ਅਸਰਜ ਹੋਣਾ, ਹੈਰਾਨ ਹੋਣਾ, ਕਿਸੇ ਚੀਜ਼ ਨੂੰ ਵੇਖ ਕੇ ਝਰਨਾਹਟ ਚਿੜ ਜਾਣੀ, ਕੰਬਣੀ ਆ ਜਾਣੀ, ਰੌਂਗਟੇ ਖੜ੍ਹੇ ਹੋ ਜਾਣੇ, ਆ ਸਾਡੇ ਲੂੰਹ ਕੰਢੇ ਜਿੱਦਾਂ ਖੜ੍ਹੇ ਹੋ ਜਾਂਦੇ ਆ, ਇਹ ਖੜ੍ਹੇ ਹੋ ਜਾਣੇ, ਇਹਨੂੰ ਕਹਿੰਦੇ ਆ ਬਿਸਮ, ਬਿਸਵਾਦੀ ਹੋਣਾ, ਅਸਰਜ ਹੋ ਜਾਣਾ, ਹੈਰਾਨ ਹੋ ਜਾਣਾ। ਜਿਨ੍ਹਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਨਾ, ਉਹ ਜਦੋਂ ਕਰਤੇ ਦੀਆਂ ਖੇਡਾਂ ਨੂੰ ਵਹਿੰਦੇ ਆ ਤਾਂ ਹਰ ਕੌਤਕ ਨੂੰ ਵੇਖ ਕੇ ਉਹਨਾਂ ਦੇ ਅੰਦਰ ਝਰਨਾਹਟ ਛਿੜ ਜਾਂਦੀ ਹੈ, ਭਾਵ ਉਹਨਾਂ ਦਾ ਦਿਲ ਕੰਬ ਜਾਂਦਾ, ਕੰਬਣੀ ਆ ਜਾਂਦੀ ਹੈ ਉਹਨਾਂ ਨੂੰ ਵੇਖ ਕੇ ਕਿ ਰੱਬ ਕਿਹੜੇ ਕਿਹੜੇ ਵੱਡੇ ਕੌਤਕ ਕਰ ਰਿਹਾ। ਫਿਰ ਉਹ ਕਿਸੇ ਨੂੰ ਦੋਸ਼ ਨਹੀਂ ਦਿੰਦੇ, ਉਹ ਹੈਰਾਨ ਹੁੰਦੇ ਆ ਰੱਬ ਦੇ ਕੌਤਕਾਂ ਨੂੰ ਵੇਖ ਵੇਖ ਕੇ ਕਿ ਪਰਮਾਤਮਾ ਇੱਕ ਐਸੇ ਅਸ਼ਚਰਜ ਕੌਤਕ, ਅਸ਼ਚਰਜ ਕੰਮ, ਹੈਰਾਨੀਜਨਕ ਕੰਮ, ਹੈਰਾਨ ਕਰ ਦੇਣ ਵਾਲੇ ਕੰਮ ਰੱਬ ਕਿਵੇਂ ਕਰ ਦਿੰਦੇ। ਵਿਸਮਾਦੀ ਅਵਸਥਾ ਦੀ ਇਹ ਗੱਲ ਹੈ, ਕਹਿੰਦੇ ਨੇ ਕਿ ਬਿਸਮ ਬਿਸਮ ਹੈ ਬਿਸਮ ਭਈ, ਉਹਨਾਂ ਦੀ ਸੁਰਤੀ ਬਿਰਤੀ ਜਿਹੜੀ ਹੈ ਉਹ ਅਸ਼ਚਰਜ ਹੋ ਗਈ, ਹੈਰਾਨ ਹੋ ਗਈ। ਉਹ ਗੁਰੂ ਸਾਹਿਬ ਦੇ ਕੌਤਕ, ਰੱਬ ਦੇ ਕੌਤਕਾਂ ਨੂੰ ਵੇਖ ਵੇਖ ਕੇ ਹੈਰਾਨ ਹੁੰਦੇ ਨੇ। ਪਾਤਸ਼ਾਹ ਦੀ ਵਾਰ ਦਾ ਸਲੋਕ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਉਹਦੇ ਸਤਿਗੁਰੂ ਪਾਤਸ਼ਾਹੀ ਨੇ ਵਿਸਥਾਰ ਕੀਤਾ ਹੋਇਆ ਕਿ ਕਿਹੜੇ ਕਿਹੜੇ ਕੌਤਕ ਵੇਖ ਕੇ ਰੱਬ ਦੇ ਪਿਆਰੇ ਹੈਰਾਨ ਹੁੰਦੇ ਆ। ਉਹ ਕਹਿੰਦੇ ਨੇ ਕਿ ਵਿਸਵਾਦ ਵਿਸਮਾਦ ਨਾਦ, ਵਿਸਮਾਦ ਵੇਦ, ਕਿਤਨੇ ਕਿਸਮ ਦੇ ਨਾਦ ਵੱਜ ਰਹੇ ਆ। ਹੈਰਾਨੀ ਹੁੰਦੀ ਹੈ ਕਿ ਇੱਕ ਵਾਂਸ ਦੀ ਪੋਰੀ, ਉਹਦੇ ਵਿੱਚ ਵੀ ਜਦੋਂ ਕੋਈ ਢੰਗ ਦੇ ਨਾਲ ਫੂਕ ਮਾਰਦਾ ਹੈ ਉਹਦੇ ਵਿੱਚੋਂ ਵੀ ਸੁਰ ਪੈਦਾ ਹੋ ਰਹੀ, ਕਿੱਥੋਂ ਆਉਂਦੀ ਹੈ ਇਹ ਆਵਾਜ਼? ਜਦੋਂ ਕਿ ਉਸ ਯੰਤਰ ਦੇ ਵਿੱਚ ਆਵਾਜ਼ ਨਹੀਂ ਹੈ, ਪਰ ਜਦੋਂ ਉਸ ਯੰਤਰ ਨੂੰ ਕੋਈ ਵਜੰਤਰੀ ਵਜਾਉਂਦਾ ਆ ਤਾਂ ਉਹਦੇ ਵਿੱਚੋਂ ਸੁਰ ਪੈਦਾ ਹੋ ਰਹੀ ਹੈ। ਇੱਕ ਤਾਰ ਵਾਲਾ ਸਾਜ ਹੈ, ਸਰੰਦਾ, ਰਬਾਬ, ਸਾਰੰਗੀ, ਤਾਨਪੁਰਾ ਆਦਿ ਪਈ ਹੋਵੇ ਤਾਂ ਉਹਦੇ ਵਿੱਚ ਕੋਈ ਆਵਾਜ਼ ਨਹੀਂ, ਪਰ ਜਦੋਂ ਕਿਸੇ ਵਜੰਤਰੀ ਦੇ ਕੋਟੇ ਉਹਨਾਂ ਤਾਰਾਂ ਉੱਤੇ ਲੱਗਦੇ ਆ ਜਾਂ ਕਿਸੇ ਸਰੰਗੀ ਆਦਿਕ ਸਾਜ ਉੱਤੇ ਗਜ ਫਿਰਦਾ ਤਾਂ ਉਹਦੇ ਵਿੱਚੋਂ ਸੁਰ ਪੈਦਾ ਹੋ ਜਾਂਦੀ, ਆਵਾਜ਼ ਪੈਦਾ ਹੋ ਜਾਂਦੀ। ਇਹ ਤਾਂ ਉਹ ਯੰਤਰ ਨੇ ਜਿਹੜੇ ਇਨਸਾਨ ਨੇ ਬਣਾਏ, ਇਹੀ ਹੈਰਾਨ ਕਰਨ ਵਾਲੇ ਆ ਉਹ ਜੀਵ ਜੰਤੂ ਜਿਹੜੇ ਛੋਟੇ ਛੋਟੇ ਆਕਾਰ ਵਿੱਚ ਲੱਗਦੇ ਨੇ, ਉਹਨਾਂ ਦੀ ਆਵਾਜ਼ ਇੰਨੀ ਤੇਜ਼ ਹੈ ਕਿ ਕਈ ਕਈ ਫਰਲਾਂਗ ਤੱਕ ਉਹਨਾਂ ਦੀ ਆਵਾਜ਼ ਸੁਣਾਈ ਦਿੰਦੀ। ਆ ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣ ਕੇ ਵੇਖ ਲਓ, ਛੋਟੇ ਛੋਟੇ ਪੰਛੀ ਸਾਡੇ ਸਾਹਮਣੇ ਹੁੰਦੇ ਆ ਅਤੇ ਜਦੋਂ ਉਹ ਆਵਾਜ਼ਾਂ ਕੱਢਦੇ ਆ ਉਦੋਂ ਹੈਰਾਨ ਰਹਿ ਜਾਈਦਾ ਕਿ ਰੱਬ ਨੇ ਕਿਹੋ ਜਿਹੀ ਕਲਾ ਇਹਨਾਂ ਨੂੰ ਬਖਸ਼ਿਸ਼ ਕੀਤੀ। ਉਹੀ ਆਵਾਜ਼ਾਂ ਰਿਕਾਰਡ ਕਰ ਕਰਕੇ ਇਨਸਾਨ ਨੇ ਆਪਣੇ ਯੰਤਰਾਂ ਵਿੱਚ ਭਰ ਲਈਆਂ
ਜਿਵੇਂ ਕਿ ਆ ਗੱਡੀ ਯਾਦ ਬੈਕ ਹੋਣ ਲੱਗਦੀ ਹੈ, ਕਈਆਂ ਨੇ ਬੈਕ ਗੇਅਰ ਦੇ ਉੱਤੇ ਹਾਰਨ ਜੇ ਲਾਏ ਹੁੰਦੇ ਆ, ਉਹ ਵੀ ਪੰਛੀਆਂ ਦੀਆਂ ਆਵਾਜ਼ਾਂ ਨੇ ਰਿਕਾਰਡ ਕੀਤੀਆਂ ਹੋਈਆਂ। ਸੋ ਜਦੋਂ ਇੱਦਾਂ ਦੇ ਸਾਜ ਵੱਜਦੇ ਸੁਣੀਦੇ ਆ ਤਾਂ ਰੱਬ ਦੇ ਪਿਆਰੇ ਹੈਰਾਨ ਹੋ ਜਾਂਦੇ ਆ, ਵਿਸਮਾਦੀ ਹੁੰਦੇ ਆ, ਵਿਸਮਾਦ ਨਾਦ। ਅਤੇ ਜਿਹੜੇ ਅਨੁਭਵੀ ਆ ਉਹ ਅਨਾਹਤ ਨਾਦ ਨੂੰ ਸੁਣ ਕੇ ਵਿਸਮਾਦੀ ਹੁੰਦੇ ਆ। ਜਿਹੜੀਆਂ ਧੁਨਾਂ, ਜਿਹੜੇ ਸਾਜ ਨਿਰੰਤਰ ਫਿਜ਼ਾ ਵਿੱਚ ਗੂੰਜ ਰਹੇ ਆ, ਹਵਾ ਵਿੱਚ ਗੂੰਜ ਰਹੇ ਆ, ਸਾਡੇ ਆਮ ਕੰਨਾਂ ਨੂੰ ਨਹੀਂ ਸੁਣਦੇ, ਪਰ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਨੂੰ ਉਹ ਸਾਜ ਸੁਣਦੇ ਆ, ਉਹਨਾਂ ਨੂੰ ਉਹ ਇਲਾਹੀ ਧੁਨਾਂ ਸੁਣਦੀਆਂ ਨੇ, ਉਹ ਉਸ ਅਨਾਹਤ ਨਾਦ ਨੂੰ ਸੁਣ ਕੇ ਵਿਸਮਾਦੀ ਹੁੰਦੇ ਆ, ਉਹਨਾਂ ਦੇ ਅੰਦਰ ਝਰਨਾਟ ਛਿੜ ਜਾਂਦੀ ਹੈ, ਉਹ ਹੈਰਾਨ ਹੋ ਜਾਂਦੇ। ਵਿਸਮਾਦ ਨਾਦ, ਵਿਸਮਾਦ ਵੇਦ, ਹਿੰਦੂ ਧਰਮ ਦੇ ਗ੍ਰੰਥ ਆਦਿ ਵੇਖ ਕੇ ਵੀ ਕੇ ਹੈਰਾਨ ਹੁੰਦੇ ਆ ਕਿ ਇਹ ਗਿਆਨ ਕਿੱਥੋਂ ਆਇਆ। ਵਿਸਮਾਦ ਜੀਵ, ਵਿਸਮਾਦ ਭੇਦ, ਜੀਵਾਂ ਦੇ ਭੇਦ, ਜੀਵਾਂ ਦੀਆਂ ਕਿਸਮਾਂ, ਬੇਅੰਤ ਜੀਵ ਅਤੇ ਉਹਨਾਂ ਦੇ ਬੇਅੰਤ ਰੰਗ, ਉਹਨਾਂ ਦੀਆਂ ਬੇਅੰਤ ਨਸਲਾਂ, ਜਦੋਂ ਇਸ ਕੁਦਰਤ ਨੂੰ ਵੇਖਦੇ ਆ ਪਰਮਾਤਮਾ ਦੇ ਪਿਆਰੇ, ਅਤੇ ਉਹਨਾਂ ਦਾ ਮਨ ਵਿਸਮਾਦ ਵਿੱਚ ਆ ਜਾਂਦਾ ਹੈ, ਭਾਵ ਉਹ ਹੈਰਾਨ ਰਹਿ ਜਾਂਦੇ। ਪੰਕਤੀ ਹੈ ਕਿ ਬਿਸਮ ਬਿਸਮ ਹੈ ਬਿਸਮ ਭਈ, ਹੈਰਾਨੀ ਹੀ ਹੈਰਾਨੀ ਛਾ ਗਈ। ਜਦੋਂ ਅਸੀਂ ਕਰਤੇ ਦੀ ਕੁਦਰਤ ਨੂੰ, ਕਾਦਰ ਦੀ ਕੁਦਰਤ ਨੂੰ ਆਪਣੀ ਇਸ ਨਜ਼ਰੀਏ ਨਾਲ, ਇਸ ਅੱਖ ਨਾਲ ਵੇਖਿਆ ਕਿ ਕਿਤਨੇ ਕਿਸਮ ਦੇ ਜੀਵ ਜੰਤੂ ਰੱਬ ਨੇ ਪੈਦਾ ਕੀਤੇ ਹੋਏ ਆ, ਮਨ ਨੂੰ ਮੋਹ ਲੈਣ ਵਾਲੀਆਂ ਆਵਾਜ਼ਾਂ ਨੇ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਆ ਕਿ ਵਿਸਮਾਦ ਜੀਵ, ਵਿਸਮਾਦ ਭੇਦ। ਕਹਿੰਦੇ ਨੇ ਕਿ ਜੀਵਾਂ ਦੇ ਭੇਦ, ਜੀਵਾਂ ਦੀਆਂ ਵੱਖਰੀਆਂ ਵੱਖਰੀਆਂ ਨਸਲਾਂ, ਅਤੇ ਜੀਵਾਂ 'ਤੇ ਹੈਰਾਨ ਕਰ ਦੇਣ ਵਾਲੇ ਰੰਗ ਰੂਪ ਪਰਮਾਤਮਾ ਦੇ ਪਿਆਰਿਆਂ ਦੇ ਮਨ ਨੂੰ ਹੈਰਾਨ ਕਰਦੇ ਆ, ਮਨ ਵਿਸਮਾਦੀ ਹੋ ਜਾਂਦਾ। ਫਿਰ ਕਹਿੰਦੇ ਵਿਸਮਾਦ ਰੂਪ, ਵਿਸਮਾਦ ਰੰਗ, ਜੀਵਾਂ ਦੇ ਅਤੇ ਹੋਰ ਪਦਾਰਥਾਂ ਦੇ ਕਈ ਰੂਪ ਅਤੇ ਕਈ ਰੰਗ, ਇਹ ਹੈਰਾਨ ਕਰਨ ਵਾਲੇ ਨੇ। ਵਿਸਮਾਦ ਨਾਂਗੇ ਫਿਰ ਹੈ ਜੰਤ, ਹੈਰਾਨੀ ਹੁੰਦੀ ਹੈ। ਭਾਵੇਂ ਕਿ ਇਨਸਾਨ ਵਿਕਸਿਤ ਹੋ ਗਿਆ, ਇਹਨੇ ਆਪਣੇ ਤਨ ਨੂੰ ਢੱਕਣਾ ਸ਼ੁਰੂ ਕਰ ਦਿੱਤਾ, ਪਰ ਹੈਰਾਨ ਹਾਂ ਕਿ ਅਜੇ ਵੀ ਇਨਸਾਨ ਤੋਂ ਇਲਾਵਾ ਸਾਰੇ ਜਿਤਨੇ ਜੀਵ ਜੰਤੂ ਸਾਰੇ ਨੰਗੇ ਤੁਰੇ ਫਿਰਦੇ, ਭਾਵ ਉਹ ਤਨ 'ਤੇ ਕੱਪੜਾ ਨਹੀਂ ਪਾਉਂਦੇ। ਇਸੇ ਤਰ੍ਹਾਂ ਇਨਸਾਨ ਦੀ ਵੀ ਸ਼ੁਰੂਆਤ ਹੈ, ਜਦੋਂ ਇਨਸਾਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਹਨੂੰ ਇੰਨੀ ਸੋਝੀ ਨਹੀਂ ਸੀ ਕਿ ਮੈਂ ਆਪਣੇ ਤਨ ਨੂੰ ਢੱਕਣਾ ਕੱਪੜਾ ਪਾਉਣਾ। ਇਹ ਜਿਉਂ ਜਿਉਂ ਸੋਝੀ ਆਈ, ਇਹਨੇ ਪੱਤਰ ਬੰਨ੍ਹਣੇ ਸ਼ੁਰੂ ਕੀਤੇ, ਉਹਦੇ ਤੋਂ ਬਾਅਦ ਜਾਨਵਰਾਂ ਨੂੰ ਮਾਰ ਕੇ ਉਹਦੀ ਖੱਲ ਨਾਲ ਆਪਣੇ ਤਨ ਨੂੰ ਢੱਕਿਆ। ਅਜੇ ਵੀ ਆਦਿਵਾਸੀ ਹੈਗੇ ਧਰਤੀ ਉੱਤੇ, ਜਿੱਥੇ ਅਜੇ ਆ ਵਿਕਾਸ ਵਾਲੀਆਂ ਚੀਜ਼ਾਂ ਨਹੀਂ ਪਹੁੰਚੀਆਂ, ਆਦਿਵਾਸੀ ਜਿਹਨਾਂ ਨੂੰ ਕਹਿ ਦਿੰਦੇ ਹਾਂ, ਉਹ ਅੱਜ ਵੀ ਇੱਦਾਂ ਦੇ ਹੈਗੇ ਨੇ ਜਿਹੜੇ ਆਪਣੇ ਸਰੀਰ ਉੱਤੇ ਪਸ਼ੂਆਂ ਨੂੰ ਮਾਰ ਕੇ ਉਹਨਾਂ ਦੀ ਖੱਲ ਪਾਉਂਦੇ ਆ। ਸੋ ਇਹ ਸਿਲਸਿਲਾ ਦੁਨੀਆ ਦਾ ਵਿਕਸਿਤ ਹੋਣਾ ਅਤੇ ਸ਼ੁਰੂਆਤ ਹੋਣੀ, ਇਹ ਅੱਜ ਵੀ ਉਸੇ ਤਰ੍ਹਾਂ ਹੀ ਜਾਰੀ ਆ। ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰ ਹੈ ਜੰਤ, ਵਿਸਮਾਦ ਪਾਉਣ, ਵਿਸਮਾਦ ਪਾਣੀ, ਕਿਤੇ ਹਵਾ ਹੈ ਕਿਤੇ ਪਾਣੀ ਹੈ,
ਹਵਾ ਦੇ ਵੀ ਕਿਸਮਾਂ ਦਾ ਕੋਈ ਪਤਾ ਨਹੀਂ ਕਿੰਨੇ ਕਿਸਮਾਂ ਦੀ ਹੈ, ਅਤੇ ਪਾਣੀ ਦੀਆਂ ਕਿਸਮਾਂ ਦਾ ਪਤਾ ਨਹੀਂ ਕਿ ਤਰਲ ਪਦਾਰਥ ਕਿਤਲੇ ਕਿ ਨੇ। ਇਹਨਾਂ ਨੂੰ ਵੇਖ ਵੇਖ ਕੇ ਹੈਰਾਨੀ ਹੁੰਦੀ ਹੈ। ਵਿਸਮਾਦ ਅਗਨੀ ਖੇਡ ਹੈ ਵਿਡਾਰੀ, ਅਗਨੀਆਂ ਬਹੁਤ ਤਰ੍ਹਾਂ ਦੀਆਂ ਨੇ, ਇਕੱਲੀ ਇੱਕ ਕਿਸਮ ਦੀ ਅੱਗ ਨਹੀਂ। ਜਿਵੇਂ ਬੜਵਾ ਅਗਨੀ ਜੋ ਸਮੁੰਦਰ ਵਿੱਚ ਆ, ਇਸੇ ਤਰ੍ਹਾਂ ਦਾਵਾ ਅਗਨੀ ਜੋ ਜੰਗਲ ਦੇ ਵਿੱਚ ਆ, ਜਠਰ ਅਗਨੀ ਜੋ ਪੇਟ ਦੀ ਅੱਗ ਆ ਭੋਜਨ ਨੂੰ ਪਚਾਉਂਦੀ ਆ, ਕੋਪ ਅਗਨੀ ਜਿਹਨੂੰ ਚਿੰਤਾ ਦੀ ਅੱਗ ਕਹਿੰਦੇ ਆ, ਗਿਆਨ ਅਗਨੀ, ਜਦੋਂ ਗਿਆਨ ਵੀ ਹੁੰਦਾ ਹੈ ਨਾ, ਇਹ ਵੀ ਇੱਕ ਕਿਸਮ ਦੀ ਅੰਦਰ ਅੱਗ ਹੀ ਵੱਲ ਪੈਂਦੀ ਹੈ। ਤਾਂਹੀਓ ਵੱਡੇ ਵੱਡੇ ਗਿਆਨੀ ਬੜੇ ਕਈ ਵਾਰ ਹੰਕਾਰੀ ਹੋ ਜਾਂਦੇ ਆ, ਕਿਉਂਕਿ ਇਸ ਅੱਗ ਨੂੰ ਜਰਨਾ, ਇਸ ਸੇਕ ਨੂੰ ਜਰਨਾ, ਇਸ ਤਪਸ਼ ਨੂੰ ਜਰਨਾ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੁੰਦੀ। ਇਸ ਵਾਸਤੇ ਕਹਿੰਦੇ ਆ ਕਿ ਗਿਆਨ ਅਗਨੀ ਅਤੇ ਹਵਾ ਦੀਆਂ ਵੀ ਤਿੰਨ ਕਿਸਮਾਂ ਨੇ। ਹਵਾ ਵੀ ਕੋਈ ਇੱਕ ਤਰ੍ਹਾਂ ਦੀ ਨਹੀਂ, ਜਿਹਨੂੰ ਵੇਖ ਵੇਖ ਕੇ ਮਨ ਹੈਰਾਨ ਹੁੰਦਾ ਆ। ਗਾਰ ਪੱਤਿਆ, ਆਹਣੀ ਅਤੇ ਦੱਖਣ, ਇਹ ਤਿੰਨ ਕਿਸਮਾਂ ਨੇ ਹਵਾ ਦੀਆਂ। ਇਹ ਅਸਰਜ ਖੇਡਾਂ ਖੇਡ ਰਹੀਆਂ ਨੇ, ਇਹ ਜਿਹੜੀਆਂ ਅੱਗ ਦੀਆਂ ਕਿਸਮਾਂ ਅਤੇ ਹਵਾ ਦੀਆਂ ਕਿਸਮਾਂ, ਪਾਣੀ ਦੀਆਂ ਕਿਸਮਾਂ, ਇਹਨਾਂ ਨੂੰ ਵੇਖ ਵੇਖ ਕੇ ਵੀ ਸਾਧੂ ਕਹਿੰਦੇ ਕਿ ਮਨ ਹੈਰਾਨ ਹੋ ਰਿਹਾ ਆ। ਵਿਸਮਾਦ ਧਰਤੀ, ਵਿਸਮਾਦ ਖਾਣੀ, ਇਹ ਸ੍ਰਿਸ਼ਟੀ ਦੇ ਉੱਤੇ ਚਾਰ ਖਾਣੀਆਂ ਸ੍ਰਿਸ਼ਟੀ ਦੀ ਉਤਪਤੀ ਵਾਸਤੇ ਅੰਡਜ ਜੇਰਜ ਸਿਹਤ ਉਤਪਜ ਗਿਣੀਆਂ ਗਈਆਂ। ਅੰਡੇ ਤੋਂ ਜੀਵ ਪੈਦਾ ਹੋ ਰਿਹਾ ਹੈ, ਜੇਰ ਤੋਂ ਜੀਵ ਪੈਦਾ ਹੋ ਰਿਹਾ ਹੈ, ਇਸੇ ਤਰ੍ਹਾਂ ਉਤਪਜ ਭਾਵ ਅੱਜ ਉਪਜ ਉੱਗਦਾ ਇਸ ਖਾਣੀ ਦੇ ਵਿੱਚੋਂ ਜੀਵ ਪੈਦਾ ਹੋ ਰਿਹਾ ਹੈ। ਸਿਹਤ ਚ ਭਾਵ ਮੁੜਕੇ ਦੇ ਵਿੱਚੋਂ ਜੀਵ ਪੈਦਾ ਹੋ ਰਿਹਾ। ਇਹਨਾਂ ਦੇ ਪੈਦਾ ਹੋਣ ਦੀ ਕਿਰਿਆ ਨੂੰ ਵੇਖ ਵੇਖ ਕੇ ਮਨ ਹੈਰਾਨ ਹੁੰਦਾ, ਵਿਸਮਾਦੀ ਹੁੰਦਾ ਕਿ ਕਿਵੇਂ ਜੀਵ ਪੈਦਾ ਹੋ ਜਾਂਦੇ, ਕਿਵੇਂ ਇਹਨਾਂ ਦਾ ਜਨਮ ਹੁੰਦਾ। ਹਾਂ, ਜਦੋਂ ਮੀਂਹ ਨਹੀਂ ਪੈਂਦਾ ਤਾਂ ਛੋਟੇ ਛੋਟੇ ਪੰਖੇਰੂ ਜਾਂ ਛੋਟੇ ਛੋਟੇ ਆ ਡੱਡੀਆਂ ਦੇ ਛੋਟੇ ਛੋਟੇ ਬੱਚੇ ਜਿਹੜੇ ਆ, ਇਹ ਕਿਤੇ ਨਜ਼ਰ ਹੀ ਨਹੀਂ ਆਉਂਦੇ, ਪਤਾ ਨਹੀਂ ਕਿੱਥੇ ਹੁੰਦੇ ਆ। ਛੋਟੇ ਛੋਟੇ ਫੰਮਟ ਜਿਹੜੇ ਲਾਈਟ ਦੇ ਦੁਆਲੇ ਆ ਜਾਂਦੇ ਆ, ਬੱਤੀ ਦੇ ਦੁਆਲੇ। ਜਦੋਂ ਇਹਨਾਂ ਨੂੰ ਵੇਖਦੇ ਹਾਂ ਤਾਂ ਹੈਰਾਨੀ ਹੁੰਦੀ, ਇੱਕਦਮ ਕਿੱਥੋਂ ਆ ਗਏ, ਕੌਣ ਪੈਦਾ ਕਰਦਾ ਇਹਨਾਂ। ਵਿਸਮਾਦੀ ਹੋ ਜਾਂਦਾ ਮਨ, ਵਿਸਮਾਦ ਧਰਤੀ, ਵਿਸਮਾਦ ਖਾਣੀ। ਇਸੇ ਕਰਕੇ ਕਹਿੰਦੇ ਆ ਵਿਸਮਾਦ ਸਾਧ ਲੱਗਿਆ ਹੈ ਪ੍ਰਾਣੀ। ਅਤੇ ਜਦੋਂ ਪ੍ਰਾਣੀ ਪੈਦਾ ਹੋ ਜਾਂਦਾ ਹੈ ਨਾ, ਅਤੇ ਸਵਾਦਾਂ 'ਚ ਲੱਗ ਜਾਂਦਾ ਹੈ, ਅਤੇ ਇਹਦੇ ਸਵਾਦਾਂ ਨੂੰ ਵੇਖ ਵੇਖ ਕੇ ਵੀ ਹੈਰਾਨੀ ਹੁੰਦੀ ਹੈ ਕਿ ਇਹਦੇ ਸਵਾਦਾਂ ਦਾ ਅੰਤ ਕੋਈ ਹੋਵੇਗਾ ਕਿਸੇ ਥਾਂ ਦੇ ਉੱਤੇ। ਵੇਖੋ, ਭੁੱਖ ਦੀ ਸੀਮਾ ਹੈ ਪਰ ਸਵਾਦ ਦੀ ਕੋਈ ਸੀਮਾ ਨਹੀਂ। ਰੱਜਿਆ ਹੋਇਆ ਬੰਦਾ ਵੀ ਕਈ ਕੁਝ ਖਾਈ ਜਾਂਦਾ, ਰੋਟੀ ਰੱਜ ਕੇ ਖਾ ਲਈ, ਕਦੀ ਆਈਸਕ੍ਰੀਮ ਭਾਲਦਾ, ਕਦੀ ਮਿੱਠਾ ਭਾਲਦਾ, ਕਦੀ ਕੁਛ ਕਦੀ ਕੁਛ, ਫਿਰ ਰੱਜਿਆ ਹੋਇਆ ਵੀ ਕਈ ਕੁਝ ਖਾਈ ਜਾਂਦਾ। ਸਤਿਗੁਰੂ ਕਹਿੰਦੇ ਆ ਕਿ ਸਵਾਦਾਂ ਵਿੱਚ ਲੱਗੇ ਹੋਏ, ਰਸਾਂ ਕਸਾਂ ਵਿੱਚ ਪਏ ਹੋਏ ਪ੍ਰਾਣੀਆਂ ਨੂੰ ਵੇਖ ਕੇ ਵੀ ਮਨ ਹੈਰਾਨ ਹੁੰਦਾ ਆ, ਉਹ ਸਵਾਦੀ ਹੁੰਦਾ ਹੈ। ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਕਿਤੇ ਵਿਛੋੜਾ ਹੈ, ਕਿਤੇ ਮਿਲਾਪ ਹੈ, ਕਿਤੇ ਜੀਵ ਜਨਮ ਲੈ ਕੇ ਆ ਰਿਹਾ ਅਤੇ ਸੰਯੋਗ ਬਣ ਰਿਹਾ ਆ, ਅਤੇ ਕਿਤੇ ਜੀਵ ਜਾ ਰਿਹਾ ਵਿਯੋਗ ਬਣ ਰਿਹਾ। ਆਉਣ ਜਾਣ ਦਾ ਸਿਲਸਿਲਾ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਜੀਵ ਕਿੱਥੋਂ ਆਉਂਦੇ ਆ, ਕਿੱਥੇ ਚਲੇ ਜਾਂਦੇ ਆ। ਵਿਸਮਾਦ ਭੁੱਖ, ਵਿਸਮਾਦ ਭੋਗ, ਕਿਤੇ ਕਿਸੇ ਨੂੰ ਭੁੱਖ ਕੱਟਣੀ ਪੈ ਰਹੀ ਹੈ, ਇਤਨੀ ਵੱਡੀ ਭੁੱਖ ਕੱਟਣੀ ਪੈ ਰਹੀ ਹੈ ਕਿ ਉਹਦੀ ਵੱਡੀ ਭੁੱਖ ਨੂੰ ਵੇਖ ਕੇ
ਵੀ ਮਨ ਹੈਰਾਨ ਹੁੰਦਾ ਹੈ ਅਤੇ ਕਿਤੇ ਭੋਗ ਇੰਨੇ ਕੁ ਨੇ, ਇੰਨੇ ਕੁ ਪਦਾਰਥ ਖਾਣ ਵਾਸਤੇ ਨੇ ਕਿ ਉਹ ਭੋਗਾਂ ਨੂੰ ਵੇਖ ਵੇਖ ਕੇ ਮਨ ਹੈਰਾਨ ਹੁੰਦਾ। ਇੱਕਨਾਂ ਨੂੰ ਤੂੰ ਬਹੁਤ ਪਦਾਰਥ ਦਿੱਤੇ ਹੋਏ ਆ, ਇੱਕਨਾਂ ਨੂੰ ਦਿੱਤਾ ਹੀ ਕੱਖ ਨਹੀਂ ਹੈ, ਉਹਨਾਂ ਦੀ ਭੁੱਖ ਹੀ ਨਹੀਂ ਸ਼ਾਂਤ ਹੁੰਦੀ ਤਮਾਮ ਉਮਰ। ਸੋ ਇਸ ਖੇਡ ਨੂੰ ਵੇਖ ਕੇ ਵੀ ਤੂੰ ਇੱਕੋ ਜਿਹਾ ਕਿਉਂ ਨਹੀਂ ਦਿੰਦਾ ਸਾਰੇ ਜੀਵਾਂ ਨੂੰ? ਭਾਵ ਕਿਤੇ ਤੂੰ ਬਹੁਤ ਪਦਾਰਥ ਦੇ ਦਿੰਦਾ ਆ, ਕਿਤੇ ਬਹੁਤ ਸੰਕੋਚ ਵੇ, ਕਿਤੇ ਉੱਕੇ ਨਹੀਂ ਜਾਪਦਾ ਕਿ ਇਹਨਾਂ ਕੋਲ ਹੈ ਕੁਛ ਨਹੀਂ। ਸੋ ਇਸ ਕਿਰਿਆ ਨੂੰ ਵੇਖ ਕੇ ਤੂੰ ਕਿਉਂ ਕਰਦਾ, ਕਿਵੇਂ ਕਰਦਾ ਆ, ਇਹ ਵੇਖ ਕੇ ਹੈਰਾਨੀ ਹੁੰਦੀ ਆ ਮਨ ਨੂੰ, ਵਿਸਮਾਦੀ ਹੋ ਜਾਂਦਾ ਮਨ। ਫਿਰ ਕਹਿੰਦੇ ਆ ਕਿ ਵਿਸਮਾਦ ਸਿਫਤ ਵਿਸਮਾਦ ਸਲਾਹਾ, ਤੁਹਾਡੀ ਸਿਫਤ ਸਲਾਹ ਨੂੰ ਵੇਖ ਕੇ ਵੀ ਮਨ ਹੈਰਾਨ ਹੁੰਦਾ, ਕਿਤੇ ਸਿਫਤ ਸਲਾਹ ਹੋ ਰਹੀ ਹੈ। ਵਿਸਮਾਦ ਉੱਜੜ ਵਿਸਮਾਦ ਰਾਹਾ, ਕਿਤੇ ਕੋਈ ਉਜਾੜ ਪਿਆ ਹੋਇਆ ਆ, ਉੱਜੜ ਰਸਤੇ ਦੇ ਉੱਤੇ ਕੋਈ ਰਸਤਾ ਨਜ਼ਰ ਨਹੀਂ ਆਉਂਦਾ, ਕਿਤੇ ਰਸਤੇ ਹੀ ਰਸਤੇ ਨੇ। ਕਈ ਵਾਰ ਜੀਵ ਕਈ ਐਸੇ ਹੁੰਦੇ ਆ ਜਿਨ੍ਹਾਂ ਨੂੰ ਜੀਵਨ ਵਿੱਚ ਕੋਈ ਰਾਹ ਨਹੀਂ ਦਿੰਦਾ, ਕੋਈ ਵਿਕਲਪ ਨਹੀਂ ਹੁੰਦਾ ਦੂਸਰਾ, ਅਤੇ ਕਈ ਜੀਵ ਐਸੇ ਹੁੰਦੇ ਆ ਜਿਨ੍ਹਾਂ ਵਾਸਤੇ ਰਸਤੇ ਹੀ ਰਸਤੇ ਹੁੰਦੇ ਆ, ਵਿਕਲਪ ਹੀ ਵਿਕਲਪ ਹੁੰਦੇ ਆ, ਉਹ ਜਿਹੜੇ ਕੰਮ ਨੂੰ ਹੱਥ ਪਾਉਂਦੇ ਆ ਉਹੀ ਹੁੰਦਾ ਜਾਂਦਾ ਆ। ਇੱਕ ਐਸੇ ਹੁੰਦੇ ਆ ਜਿਨ੍ਹਾਂ ਦਾ ਜਿਹੜੇ ਕੰਮ ਨੂੰ ਹੱਥ ਪਾਉਂਦੇ ਆ ਉਹ ਹੁੰਦਾ ਹੀ ਨਹੀਂ, ਭਾਵ ਇੱਕ ਸਫ਼ਰ ਕਰ ਪਾਉਂਦੇ ਆ ਅਤੇ ਇੱਕ ਸਫ਼ਰ ਨਹੀਂ ਕਰ ਪਾਉਂਦੇ। ਜਿਹੜੇ ਸਫ਼ਰ ਨਹੀਂ ਕਰ ਪਾਉਂਦੇ ਉਹਨਾਂ ਵਾਸਤੇ ਕੋਈ ਰਸਤਾ ਨਹੀਂ, ਅਤੇ ਜਿਹੜੇ ਸਫ਼ਰ ਕਰ ਪਾਉਂਦੇ ਆ ਉਹਨਾਂ ਵਾਸਤੇ ਰਸਤੇ ਹੀ ਰਸਤੇ ਨੇ, ਰਾਹ ਹੀ ਰਾਹ ਨੇ। ਅਖੀਰ ਕਹਿੰਦੇ ਆ ਵਿਸਵਾਦ ਨੇੜੇ ਵਿਸਮਾਦ ਦੂਰ, ਕਿਉਂਕਿ ਪੰਕਤੀ ਦੀ ਵਿਆਖਿਆ ਵਿਚਾਰ ਬਹੁਤ ਜ਼ਰੂਰੀ। ਕਿਉਂ ਵਿਸਮਾਦੀ ਹੋ ਜਾਂਦਾ ਮਨ, ਕਿਉਂ ਹੈਰਾਨ ਹੁੰਦਾ? ਅਤੇ ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦੀ ਅਸਲ ਵਿਆਖਿਆ ਜਿਹੜੀ ਹੈ ਨਾ, ਗੁਰੂ ਕੀ ਬਾਣੀ ਕਰਦੀ ਹੈ। ਸੋ ਕਿਉਂ ਹੈਰਾਨੀ ਹੋਇਆ, ਹੈਰਾਨੀ ਵਿੱਚ ਗਿਆ ਉਹ ਜੀਵ ਜਿਹੜਾ ਪਰਮਾਤਮਾ ਗੁਰੂ ਦੇ ਦਰਸ਼ਨ ਕਰਦਾ, ਕਿਉਂਕਿ ਉਹਨੂੰ ਸੱਚ ਦਿਸਣਾ ਸ਼ੁਰੂ ਹੋ ਗਿਆ, ਸੱਚ ਦੇ ਦਰਸ਼ਨ ਹੋ ਗਏ। ਨਹੀਂ ਤਾਂ ਹਰ ਇੱਕ ਨੂੰ ਆਪਣਾ ਹੀ ਪੱਖ ਜ਼ਿਆਦਾ ਨਜ਼ਰ ਆਉਂਦਾ ਆ, ਦੂਸਰੇ ਪੱਖ ਨੂੰ ਤਾਂ ਵੇਖ ਨਹੀਂ ਪਾਉਂਦਾ। ਦੂਸਰੀ ਦੁਨੀਆ ਦੇ ਵਿੱਚ ਕੀ ਕੁਝ ਵਰਤ ਰਿਹਾ ਉਹਨੂੰ ਕੋਈ ਖਬਰ ਨਹੀਂ, ਉਹ ਆਪਣੇ ਆਪ ਦੇ ਵਿੱਚ ਹੀ ਗੁਆਚਿਆ ਹੋਇਆ ਆ, ਉਹ ਆਪਣਾ ਆਪ ਹੀ ਆਪਣੇ ਆਪ ਵਿੱਚ ਆਪਣੀ ਦੁਨੀਆ ਨੂੰ ਸਮਝੀ ਬੈਠਾ ਆ। ਪਰ ਆਪਣੇ ਆਪ ਤੋਂ ਬਾਹਰ ਵੀ ਬਹੁਤ ਜੱਗ ਵੱਸਦਾ ਜਿਹਨੂੰ ਵੇਖ ਕੇ ਮਨ ਹੈਰਾਨ ਹੁੰਦਾ। ਕਹਿੰਦੇ ਨੇ ਕਿ ਕਿਸੇ ਵਾਸਤੇ ਰੱਬ ਨੇੜੇ ਆ, ਕਿਸੇ ਵਾਸਤੇ ਦੂਰ ਹੈ, ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ। ਮੈਂ ਉਹਨਾਂ ਵੱਲ ਵੀ ਵੇਖ ਕੇ ਹੈਰਾਨ ਹਾਂ ਜਿਹੜੇ ਤੈਨੂੰ ਹਰ ਵੇਲੇ ਹਾਜ਼ਰਾ ਹਜ਼ੂਰ ਵੇਖਦੇ ਆ, ਕਿ ਉਹਨਾਂ ਦੀ ਅਵਸਥਾ ਕਿਵੇਂ ਬਣ ਜਾਂਦੀ ਜਿਹਨਾਂ ਵਾਸਤੇ ਤੂੰ ਬਿਲਕੁਲ ਹਰ ਵੇਲੇ ਹਾਜ਼ਰਾ ਹਜ਼ੂਰ ਹੈ, ਹਰ ਵੇਲੇ ਪ੍ਰਤੱਖ ਹੈ, ਹਰ ਵੇਲੇ ਕਿਰਪਾ ਰਹਿਮਤ ਕਰ ਰਿਹਾ ਹਾਂ। ਵੇਖ ਵਿਡਾਣ ਰਹਿਆ ਵਿਸਮਾਦ, ਇਹ ਤੇਰਾ ਵਡੱਪਣ ਵੇਖ ਕੇ, ਵੱਡੀ ਰਚਨਾ ਨੂੰ ਵੇਖ ਕੇ ਮੇਰਾ ਖੁਦ ਦਾ ਮਨ ਜਿਹੜਾ ਆ ਉਹ ਥਰਾਹਟ ਪੈਦਾ ਹੋ ਰਹੀ ਹੈ, ਉਹਦੇ ਵਿੱਚ ਕੰਬਣੀ ਛਿੜ ਰਹੀ ਹੈ ਕਿ ਤੂੰ ਇੰਨਾ ਵੱਡਾ ਆ ਕਿ ਤੇਰੀ ਰਚਨਾ ਦਾ ਹੀ ਅੰਤ ਨਹੀਂ ਆ ਸਕਦਾ, ਫਿਰ ਕੋਈ ਤੇਰਾ ਅੰਤ ਕਿਵੇਂ ਪਾ ਸਕੇਗਾ? ਇਸ ਕਰਕੇ ਮੇਰਾ ਮਨ ਹੈਰਾਨ ਹੈ, ਮੇਰਾ ਮਨ ਵਿਸਮਾਦੀ ਹੈ। ਨਾਨਕ ਬੁੱਝਣ ਪੂਰੇ ਭਾਗ, ਇਹ ਨਾਨਕ ਜੀ ਤੈਨੂੰ ਕੌਣ ਬੁੱਝ ਸਕਦਾ ਆ ਜਿਹਦੇ ਪੂਰੇ ਭਾਗ ਨੇ, ਜਿਹਦੇ ਪੂਰੇ ਕਰਮ ਨੇ, ਜਿਹਨੇ ਗੁਰੂ ਕੋਲੋਂ ਆਪਣੇ ਭਾਗ ਲਿਖਾ ਲਏ, ਉਹੀ ਤੇਰੀ ਇਸ ਵਿਸਮਾਦ ਦੀ ਖੇਡ ਨੂੰ ਰਚੀ ਹੋਈ ਰਚਨਾ ਦੇ ਭਿੰਨ ਭੇਦ ਜੋ ਵੀ ਤੂੰ ਪੈਦਾ ਕੀਤੇ ਹੋਏ ਆ ਉਹਨਾਂ ਨੂੰ ਉਹੀ ਬੁੱਝ ਸਕਦਾ ਆ ਜਿਨ੍ਹਾਂ ਦੇ ਪੂਰੇ ਭਾਗ ਨੇ, ਜਿਨ੍ਹਾਂ ਦੇ ਵੱਡੇ ਭਾਗ ਨੇ। ਸੋ ਇਸ ਪੰਕਤੀ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ, ਬਿਸਮ ਬਿਸਮੈ ਬਿਸਮ ਭਈ
ਇਹ ਜਿਹੜੀ ਸਾਡੀ ਅਵਸਥਾ ਆ, ਜਦੋਂ ਗੁਰੂ ਦੇ ਦਰਸ਼ਨ ਹੋ ਗਏ ਅਤੇ ਅਸੀਂ ਤੁਹਾਡੀ ਰਹਿਮਤ ਨੂੰ ਵੇਖਣਾ ਕੀਤਾ, ਤਾਂ ਇਹਦੇ ਵਿੱਚ ਹੈਰਾਨੀ ਹੀ ਹੈਰਾਨੀ ਭਰ ਗਈ। ਅਸ਼ਰਜ ਹੀ ਅਸ਼ਰਜ ਤੂੰ ਨਜ਼ਰ ਆਇਆ, ਹੈਰਾਨ ਕਰਨ ਵਾਲੇ ਤੇਰੇ ਕੌਤਕ ਨਜ਼ਰ ਆਏ। ਬਿਸਮ ਬਿਸਮੈ ਬਿਸਮ ਭਈ ਅਗ ਕੋਟ ਹਰ ਤੇ ਨਾਮ ਲਈ। ਕਰੋੜਾਂ ਪਾਪ ਜੀਵਾਂ ਦੇ ਦੂਰ ਹੋ ਗਏ। ਅੱਗ ਤੋਂ ਭਾਵ ਹੁੰਦਾ ਹੈ ਪਾਪ, ਕੋਟ ਤੋਂ ਭਾਵ ਕਰੋੜਾਂ, ਹਰਤੇ ਤੋਂ ਭਾਵ ਦੂਰ ਹੋਣੇ। ਅੱਗ ਕੋਟ ਹਰਤੇ ਨਾਮ ਲਈ ਕੀ ਕੀਤਾ? ਇੱਕ ਨਾਮ ਜਦੋਂ ਜਪਿਆ, ਜਿਹਨੇ ਵੀ ਤੇਰਾ ਨਾਮ ਜਪ ਲਿਆ ਉਹਦੇ ਕਰੋੜਾਂ ਪਾਪ ਤੋਂ ਦੂਰ ਕਰ ਦਿੱਤੇ। ਇੰਨਾ ਵੱਡਾ ਤੇਰਾ ਨਾਮ ਹੈ, ਇੰਨੀ ਵੱਡੀ ਇਹਦੀ ਤਾਕਤ ਹੈ। ਅੱਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਹੀ। ਕਹਿੰਦੇ ਫਿਰ ਤੁਹਾਡੇ ਪਿਆਰਿਆਂ ਨੇ ਨਾ ਗੁਰੂ ਦੇ ਚਰਨਾਂ ਉੱਤੇ ਆਪਣੇ ਮਸਤਕ ਨੂੰ ਡਾਰ ਤੋਂ ਭਾਵ ਹੈ ਧਰ ਦਿੱਤਾ, ਅਤੇ ਸਿਰ ਧਰ ਕੇ ਇਹ ਜਿੰਦ ਤੁਹਾਡੇ ਚਰਨਾਂ 'ਚ ਪੈ ਗਈ, ਢਹਿ ਪਈ। ਪਹੀ ਤੋਂ ਭਾਵ ਹੈ ਜਿਵੇਂ ਕੋਈ ਡੰਡੌਤ ਕਰਦਾ ਹੈ, ਲੰਮਾ ਸਿੱਧਾ ਪੈ ਕੇ ਡਿੱਗ ਪੈਣਾ ਕਿਸੇ ਦੇ ਪੈਰਾਂ ਦੇ ਵਿੱਚ, ਚਰਨਾਂ ਦੇ ਵਿੱਚ। ਅਤੇ ਜਿਹੜਾ ਕਿਸੇ ਦੇ ਚਰਨਾਂ 'ਚ ਹੀ ਡਿੱਗ ਪਵੇ ਨਾ, ਅਤੇ ਜਿਹਦੇ ਚਰਨਾਂ 'ਚੋਂ ਡਿੱਗਦਾ ਹੈ, ਪੈਰਾਂ 'ਚ ਡਿੱਗਦਾ ਆ, ਉਹਨੂੰ ਫਿਰ ਉਹਨੂੰ ਉਠਾਉਣਾ ਪੈਂਦਾ ਆ, ਉਹਦੀ ਲਾਜ ਰੱਖਣੀ ਪੈਂਦੀ। ਜੇ ਅਸੀਂ ਗੁਰੂ ਦੇ ਚਰਨਾਂ 'ਚ ਡਿੱਗ ਕੇ ਉਹਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਉੱਤੇ ਆਪਣਾ ਮਸਤਕ ਧਰ ਦੇਵਾਂਗੇ, ਤਾਂ ਸਤਿਗੁਰੂ ਸਾਨੂੰ ਵੀ ਫੜ ਕੇ ਆਪਣੇ ਕਲਾਵੇ ਦੇ ਨਾਲ ਲਾ ਲੈਣਗੇ, ਸਾਡਾ ਵੀ ਉਧਾਰ ਕਰ ਦੇਣਗੇ, ਸਾਡਾ ਵੀ ਜਨਮ ਸਫਲਾ ਹੋ ਜਾਵੇਗਾ। ਕਿਉਂਕਿ ਉਹਨਾਂ ਦਾ ਹੋਇਆ ਜਿਹੜੇ ਗੁਰੂ ਦੇ ਚਰਨਾਂ 'ਤੇ ਸਿਰ ਰੱਖ ਕੇ ਗੁਰੂ ਦੇ ਚਰਨਾਂ 'ਤੇ ਡਿੱਗ ਪੈ, ਢਹਿ ਪੈ। ਗੁਰਦੇਵ ਬਖਸ਼ਿਸ਼ ਕਰਦੇ ਨੇ, ਗੁਰ ਚਰਨ ਮਸਤਕ ਡਾਰ ਪਹੀ, ਪ੍ਰਭ ਏਕ ਤੂੰ ਹੀ ਏਕ ਤੂੰ ਹੀ। ਅਤੇ ਚਰਨਾਂ 'ਤੇ ਢਹਿ ਕੇ ਪਤਾ ਕੀ ਕਿਹਾ? ਇਹ ਮੇਰੇ ਪਰਮਾਤਮਾ, ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ ਜੋ ਮੇਰਾ ਉਧਾਰ ਕਰ ਸਕਦਾ ਆ। ਹੁਣ ਮੈਂ ਵਿੱਚ ਮੈਂ ਨਹੀਂ ਹਾਂ, ਮੈਂ ਵਿੱਚ ਵੀ ਤੂੰ ਹੀ ਹੈ। ਵੇਖੋ ਇੱਕ ਉਦਾਹਰਣ ਦਿੰਦੇ ਹੁੰਦੇ ਆ ਗੁਰਬਾਣੀ ਵਿੱਚ ਵੀ, ਸਾਖੀਆਂ ਵਿੱਚ ਵੀ, ਕਿ ਬੱਕਰਾ ਸਾਰੀ ਉਮਰ ਮੈਂ ਕਰਦਾ ਰਹਿੰਦਾ ਆ, ਉਹ ਮੈਂ ਉਹਦੀ ਮੌਤ ਦਾ ਕਾਰਨ ਬਣਦੀ। ਇਨਸਾਨ ਦੀ ਮੈਂ ਜਿਹੜੀ ਹੈ ਨਾ, ਕਈ ਵਾਰ ਬੱਕਰੇ ਵਰਗੀ ਹੁੰਦੀ। ਅਤੇ ਜਦੋਂ ਕੋਈ ਕਸਾਈ ਉਹਨੂੰ ਮਾਰ ਕੇ ਅਤੇ ਉਹਦੀ ਖੱਲ ਆਦਿ ਨੂੰ ਮੜ ਕੇ ਤਬਲੇ ਉੱਤੇ ਲਾ ਲੈਂਦਾ ਆ, ਮਿਰਦੰਗ ਉੱਤੇ ਲਾ ਲੈਂਦਾ ਆ, ਨਗਾਰਿਆਂ ਉੱਤੇ ਲਾ ਲੈਂਦਾ ਆ, ਤਾਂ ਉਹਨਾਂ ਦੀ ਤਾਲ ਵਿੱਚੋਂ ਤੂੰ ਤੂੰ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ। ਇੱਥੋਂ ਤੱਕ ਕਿ ਜਦੋਂ ਉਹਦੀਆਂ ਅੰਤੜੀਆਂ ਨੂੰ ਸੁਕਾ ਕੇ ਬਰੀਕ ਕਰਕੇ ਉਹਨਾਂ ਨੂੰ ਤਾਰ ਵਰਗਾ ਬਣਾ ਲਿਆ ਜਾਂਦਾ ਆ, ਉਦੋਂ ਉਹਦੇ ਵਿੱਚੋਂ ਤੂੰ ਤੂੰ ਦੀ ਆਵਾਜ਼ ਆਉਂਦੀ। ਭਾਵ ਜੇ ਮੈਂ ਕਰੇਗਾ ਤਾਂ ਕਰੜੀ ਪ੍ਰੀਖਿਆ 'ਚੋਂ ਲੰਘਣਾ ਪਵੇਗਾ, ਉਨਾ ਚਿਰ ਜਿੰਨਾ ਚਿਰ ਤੇਰੇ ਵਿੱਚੋਂ ਤੂੰ ਤੂੰ ਪੈਦਾ ਨਹੀਂ ਹੁੰਦੀ। ਜਿੰਨਾ ਚਿਰ ਤੇਰੇ ਵਿੱਚੋਂ ਤੇਰਾ ਤੇਰਾ ਪੈਦਾ ਨਹੀਂ ਹੁੰਦਾ, ਉਨਾ ਚਿਰ ਤੈਨੂੰ ਕਰੜੀ ਪ੍ਰੀਖਿਆ 'ਚੋਂ ਲੰਘਣਾ ਹੀ ਪਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਇਹ ਹਉਮੈ ਨੂੰ, ਇਹ ਹੰਕਾਰ ਨੂੰ, ਮੈਂ ਮੇਰੀ ਵਾਲੇ ਸੁਭਾਅ ਨੂੰ ਤੈਨੂੰ ਤਿਆਗਣਾ ਪੈਣਾ।
ਨਹੀਂ ਤਾਂ ਰੱਬ ਤਾਂ ਕਰ ਹੀ ਦਿੰਦਾ ਜੋ ਕੁਛ ਕਰਦਾ, ਕਿਹੜੇ ਕਿਹੜੇ ਹੰਕਾਰ ਹੀ ਨਿਵਾ ਦਿੰਦਾ। ਵੱਡੇ ਤੋਂ ਵੱਡੇ ਉਸ ਪਰਮਾਤਮਾ ਦੇ ਅੱਗੇ ਕੁਛ ਨਹੀਂ ਹੈ, ਉਹਨਾਂ ਨੂੰ ਗੁਰੂ ਦੇ ਰੱਬ ਦੇ ਚਰਨਾਂ 'ਤੇ ਟਹਿਣਾ ਹੀ ਪੈਂਦਾ ਆ ਅਤੇ ਆਪਣੇ ਮੁੱਖ 'ਚੋਂ ਕਹਿਣਾ ਹੀ ਪੈਂਦਾ ਆ ਕਿ ਪ੍ਰਭ ਏਕ ਤੂੰ ਹੀ ਏਕ ਤੂੰ ਹੀ, ਇਹ ਮੇਰੇ ਮਾਲਕ ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ, ਮੈਂ ਤਾਂ ਹੈ ਹੀ ਨਹੀਂ। ਮੈਨੂੰ ਤਾਂ ਤੁਸਾਂ ਪੈਦਾ ਕੀਤਾ ਸੀ ਅਤੇ ਮੈਂ ਆਪਣੇ ਆਪ ਨੂੰ ਬਹੁਤ ਕੁਝ ਮੰਨ ਕੇ ਬੈਠ ਗਿਆ, ਬੜਾ ਕੁਝ ਸਮਝ ਕੇ ਬੈਠ ਗਿਆ, ਇਹੀ ਮੇਰੇ ਦੁੱਖ ਦਾ ਕਾਰਨ ਹੈ, ਇਹੀ ਮੇਰੀਆਂ ਖੁਆਰੀਆਂ ਦਾ ਕਾਰਨ ਹੈ, ਇਹੀ ਮੇਰੀਆਂ ਜੀਵਨ 'ਚ ਆਉਣ ਵਾਲੀਆਂ ਦੁਸ਼ਵਾਰੀਆਂ ਦਾ ਕਾਰਨ ਹੈ, ਮੇਰੀਆਂ ਮੁਸ਼ਕਲਾਂ ਦਾ ਕਾਰਨ ਇਹ ਹੈ ਕਿ ਮੈਂ ਹੀ ਹੰਕਾਰ ਵਿੱਚ ਹਉਮੈ 'ਚ ਆ ਗਿਆ। ਹੁਣ ਉਸ ਮੈਂ ਨੂੰ ਬਚਾਉਣ ਵਾਸਤੇ ਮੈਂ ਸਾਰੀ ਜ਼ਿੰਦਗੀ ਲੜਦਾ ਰਿਹਾ, ਸਾਰੀ ਜ਼ਿੰਦਗੀ ਸੰਘਰਸ਼ ਕਰਦਾ ਰਿਹਾ ਕਿ ਮੇਰੇ ਵਿੱਚੋਂ ਮੈਂ ਨਾ ਹਾਰ ਜਾਵਾਂ, ਜੋ ਕਿ ਹੰਕਾਰ ਦਾ ਪ੍ਰਤੀਕ ਹੈ। ਸਤਿਗੁਰੂ ਕਹਿੰਦੇ ਆ ਕਿ ਜਦੋਂ ਗੁਰੂ ਦੇ ਚਰਨਾਂ ਦੇ ਉੱਤੇ ਗੁਰੂ ਦਾ ਪਿਆਰਾ ਚਰਨ ਆਪਣਾ ਮਸਤਕ ਮੱਥਾ ਰੱਖ ਕੇ ਢਹਿ ਪਿਆ, ਡਿੱਗ ਪਿਆ ਅਤੇ ਉਹਨੇ ਆਪਣੇ ਮੁੱਖ ਦੇ ਵਿੱਚੋਂ ਪ੍ਰਭ ਏਕ ਤੁਹੀਂ ਏਕ ਤੁਹੀਂ ਕਿਹਾ, ਤਾਂ ਫਿਰ ਉਹਨੂੰ ਭਗਤੀ ਦਾ ਆਸਰਾ ਮਿਲ ਗਿਆ। ਜਿਹੜਾ ਤੂੰ ਤੂੰ ਦਾ ਆਵਾਜ਼ਾਂ ਅੰਦਰੋਂ ਆਇਆ ਨਾ, ਉਹਨੇ ਰੱਬ ਦੇ ਇੰਨੇ ਨੇੜੇ ਕਰ ਦਿੱਤਾ ਕਿ ਹੁਣ ਤੂੰ ਅਤੇ ਮੈਂ ਇਹ ਵੇਰ ਤੇਰੇ ਵੀ ਖਤਮ ਹੋ ਗਏ, ਇੱਕ ਹੋ ਗਏ ਪਰਮਾਤਮਾ ਅਤੇ ਪਰਮਾਤਮਾ ਦੇ ਪਿਆਰ ਨੂੰ। ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ ਕਿ ਭਗਤ ਟੇਕ ਤੁਹਾਰੇ, ਜਿਹੜੇ ਤੁਹਾਡੇ ਭਗਤ ਨੇ ਨਾ ਉਹ ਤੁਹਾਡੇ ਆਸਰੇ ਨੇ, ਉਹਨਾਂ ਨੂੰ ਹੋਰ ਕਿਸੇ ਦਾ ਆਸਰਾ ਨਹੀਂ। ਅਤੇ ਜਦੋਂ ਉਹ ਟੈਪ ਪੀਂਦੇ ਅੰਦਰੋਂ ਮੈਂ ਮੇਰੀ ਨੂੰ ਸਮਾਪਤ ਕਰ ਦਿੰਦੇ ਆ ਤਾਂ ਤੁਹਾਡੇ ਭਗਤ ਬਣ ਜਾਂਦੇ ਆ, ਤਾਂ ਤੁਸੀਂ ਉਹਨਾਂ ਨੂੰ ਆਪਣਾ ਆਸਰਾ ਦੇ ਦਿੰਦੇ ਹੋ, ਤੁਸੀਂ ਉਹਨਾਂ ਦੀ ਧਿਰ ਬਣ ਜਾਂਦੇ ਹੋ। ਅਤੇ ਜਿਹਦੀ ਧਿਰ ਰੱਬ ਬਣ ਜਾਵੇ, ਗੁਰੂ ਬਣ ਜਾਵੇ, ਉਹ ਕਦੇ ਇੰਨੇ ਧਰਾ ਨਹੀਂ ਰਹਿੰਦਾ, ਬਹੁਤ ਵੱਡਾ ਆਸਰਾ ਉਹਨੂੰ ਮਿਲ ਜਾਂਦਾ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਭਗਤ ਟੇਕ ਤੁਹਾਰੇ, ਤੁਹਾਡੇ ਭਗਤ ਜਿਹੜੇ ਤੁਹਾਡੇ ਆਸਰੇ ਆ, ਜਨ ਨਾਨਕ ਸਰਨ ਦੁਆਰੇ। ਇਸ ਕਰਕੇ ਹੇ ਨਾਨਕ ਜੀ, ਪਰਮਾਤਮਾ ਦੇ ਜਨ ਪਰਮਾਤਮਾ ਦੇ ਪਿਆਰੇ ਸਰਨ ਦੁਆਰੇ, ਭਾਵ ਪਰਮਾਤਮਾ ਦੇ ਦੁਆਰੇ ਉੱਤੇ ਹੀ ਢਹਿੰਦੇ ਆ, ਪਰਮਾਤਮਾ ਦੀ ਸਰਨ ਵਿੱਚ ਰਹਿੰਦੇ ਆ। ਅਤੇ ਜਿਹੜੇ ਪਰਮਾਤਮਾ ਦੀ ਸਰਨ ਵਿੱਚ ਰਹਿੰਦੇ ਆ ਨਾ, ਉਹਨਾਂ ਨੂੰ ਪਰਮਾਤਮਾ ਰੱਖਦਾ ਵੀ ਹੈ, ਉਹਨਾਂ ਦੀ ਫੈਜ ਵੀ ਰੱਖਦਾ ਹੈ, ਕਿਉਂਕਿ ਬਿਰਧ ਪਾਲਕ ਹੈ, ਸਰਨ ਪਾਲਕ ਹੈ, ਉਹ ਕਦੇ ਆਪਣੇ ਪਿਆਰਿਆਂ ਨੂੰ ਨਿਆਸਰੇ ਨਿਓਟੇ ਨਹੀਂ ਛੱਡਦਾ, ਆਪ ਆਪਣਾ ਆਸਰਾ ਆਪਣੀ ਓਟ ਦੇ ਕੇ ਰੱਖਦਾ ਆ। ਸੋ ਇਹ ਅੱਜ ਦੇ ਪਾਵਨ ਪਵਿੱਤਰ ਸ਼ਬਦੀ ਵਿਚਾਰ ਜੋ ਆਪਾਂ ਸਰਵਣ ਕੀਤੀ ਹੈ, ਇਹਨਾਂ ਵਿਚਾਰਾਂ ਦੇ ਅਨੁਸਾਰ ਸਾਨੂੰ ਚੱਲਣਾ ਆ ਜਾਵੇ ਤਾਂ ਹੀ ਸਾਡੇ ਲੋਕ ਸੁਖੀ ਹੈ, ਪਰ ਲੋਕ ਸੇਵ ਹੋ ਸਕਦੇ ਆ। ਕਿਉਂਕਿ ਜੀਵਨ ਵਿੱਚ ਇਨਸਾਨ ਬਹੁਤ ਸੰਘਰਸ਼ ਕਰਦਾ ਆ ਆਪਣੇ ਜੀਵਨ ਨੂੰ ਜਿਉਣ ਵਾਸਤੇ, ਇਹ ਸੰਘਰਸ਼ ਸੌਖਾ ਹੋ ਸਕਦਾ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਆਪਣਾ ਆਸਰਾ ਪਰਮਾਤਮਾ ਨੂੰ, ਪਰਮਾਤਮਾ ਦੀ ਭਗਤੀ ਨੂੰ ਬਣਾ ਲਈਏ, ਸਤਿਗੁਰੂ ਨੂੰ ਆਪਣੀ ਜ਼ਿੰਮੇਵਾਰੀ ਸੌਂਪ ਦਈਏ, ਇਸ ਭਾਵਨਾ ਦੇ ਨਾਲ ਸਤਿਗੁਰੂ ਦੇ ਅੱਗੇ ਝੁਕੀਏ ਕਿ ਸਤਿਗੁਰੂ ਦੇ ਅੱਗੇ ਝੁਕਣ ਦਾ ਸਾਨੂੰ ਫਲ ਮਹਾਤਮ ਜ਼ਰੂਰ ਪ੍ਰਾਪਤ ਹੋਵੇਗਾ। ਕਿਉਂਕਿ ਅੱਜ ਦੀ ਵਿਚਾਰ ਵਿੱਚ ਆਪਾਂ ਸਰਵਣ ਕੀਤਾ, ਦਰਸ ਸਭ ਲਿਓ ਦਰਸ ਵੇਖਿਓ, ਗਏ ਗਿਲ ਵਿਖ ਗਏ। ਜੇ ਅਸੀਂ ਸਫਲ ਦਰਸ਼ਨ ਸਮਝ ਕੇ
ਗੁਰੂ ਦੇ ਦਰਸ਼ਨ ਕਰਾਂਗੇ ਕਿ ਐਸਾ ਨਹੀਂ ਹੈ ਕਿ ਕੀ ਕਰਾਂਗੇ ਦਰਸ਼ਨ ਕਰਕੇ ਕੀ ਪੈਦਾ ਕੀ ਮਿਲੇਗਾ, ਇਹ ਨਹੀਂ ਮਨ ਵਿੱਚ ਕਦੇ ਵੀ ਰੱਖਣਾ। ਇਹ ਰੱਖ ਕੇ ਆਉਣਾ ਆ ਕਿ ਗੁਰੂ ਦੇ ਦਰਸ਼ਨ ਕਰਕੇ ਸਭ ਕੁਝ ਹੀ ਮਿਲ ਜਾਵੇਗਾ, ਕੁਝ ਪਿੱਛੇ ਰਹੇਗਾ ਹੀ ਨਹੀਂ, ਸਾਰਾ ਕੁਛ ਹੀ ਗੁਰੂ ਸਾਡੀ ਝੋਲੀ 'ਚ ਪਾ ਦੇਵੇਗਾ, ਤਾਂ ਸਤਿਗੁਰੂ ਜ਼ਰੂਰ ਕਿਰਪਾ ਕਰਨਗੇ। ਭਾਵਨਾ ਨੂੰ ਹੀ ਫਲ ਲੱਗਦਾ ਆ, ਸ਼ਰਧਾ ਨੂੰ ਹੀ ਫਲ ਲੱਗਦਾ ਆ, ਪ੍ਰੇਮ ਨੂੰ ਹੀ ਮਾਲਕ ਭਾਗ ਲਾਉਂਦੇ ਆ। ਸੋ ਇਸ ਵਾਸਤੇ ਸਤਿਗੁਰੂ ਰਹਿਮਤ ਕਰਨਾ ਗੁਰੂ ਸਵਾਰਿਓ। ਅੱਜ ਦੀ ਇਸ ਵਿਚਾਰ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰੀਏ। ਗੁਰਦੇਵ ਬਖਸ਼ਿਸ਼ ਕਰਦੇ ਨੇ, ਭਗਤ ਟੇਕ ਤੁਹਾਰੇ ਜਨ ਨਾਨਕ ਸਰਨ ਦੁਆਰੇ। ਸਤਿਗੁਰੂ ਪਾਤਸ਼ਾਹ ਰਹਿਮ ਕਰਨ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਆਈ ਹੋਈ ਸੰਗਤ ਦਾ ਕਦਮ ਕਦਮ ਸਤਿਗੁਰੂ ਪਾਤਸ਼ਾਹ ਲੈ ਕੇ ਵੀ ਚਲਾਉਣ, ਆਪਣੇ ਦਰੋਂ ਕਰੋ ਗੁਰਸਿੱਖੀ ਨਾ।